ARPA 1550 AM ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 12:35 ਹੋਏ ਨੇ ਤੇ 12 ਜਨਵਰੀ ਦਾ ਦਿਨ ਹੈ ਵਰਾ 2022 ਦਾ ਬੁੱਧਵਾਰ ਹੈ 29 ਉਹ ਨਾਨਕ ਸਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ ਸ਼ੁਰੂਆਤ ਦੇ ਵਿੱਚ ਗੱਲਬਾਤ ਕਰਾਂਗੇ ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋ ਕੇ ਉਹਨਾਂ ਦੀ ਕੱਲ ਦਾ ਦਿਨ ਉਹਨਾਂ ਦਾ ਸ਼ਹੀਦੀ ਦਾ ਦਿਨ ਸੀ ਤੇ ਫਿਰ ਕਹਾਣੀ ਤੁਹਾਡੇ ਲਈ ਗੁਰਮੀਤ ਕੜਿਆਲਵੀ ਦੀ ਅੱਜ ਉਹਨਾਂ ਦੀ ਨਵੀਂ ਕਿਤਾਬ ਲੈ ਕੇ ਆਇਆ ਮੈਂ ਕਿਤਾਬ ਕਹਾਣੀਆਂ ਦੀ ਹਾਰੀ ਨਾ ਬਚਨੇ ਉਹਦੇ ਵਿੱਚੋਂ ਤੇ ਤੁਸੀਂ ਸ਼ਾਮਿਲ ਹੋਣਾ 1-844-247-1550 ਇਹ ਆਨਲਾਈਨ ਨੰਬਰ ਹੈ ਤੇ 604-729-1224 604-729-1224 ਊਧਮ ਤੇਰੇ ਪੰਜਾਬ ਦੇ ਸਭ ਬਾਗ ਉਦਾਸੇ ਅਣਖ ਦੇ ਸੂਰਜ ਛਿਪੇ ਨੂੰ ਬੀਤ ਗਏ ਚਮਾਸੇ ਬੁਰਜ ਸ਼ਹੀਦਾਂ ਦੇਖਦੇ ਬੜਬਲੀ ਨਿਰਾਸੇ ਜਲਿਆਂ ਵਾਲੇ ਬਾਗ ਦੇ ਉਹ ਸ਼ੇਰ ਪਿਆਸੇ ਤੇਰੀ ਰੱਥ ਦੇ ਬਾਗ ਵਿੱਚ ਗੁਲਜ਼ਾਰ ਨਾ ਤੇਰੀ ਚੁੱਕ ਸੂਰਜ ਫਤਿਹ ਦੇ ਪਾਈ ਨਾ ਕੋਈ ਫਜ਼ਰਾਂ ਫੇਰੀ ਤੇਗਾਂ ਵਾਲੇ ਪੰਜਾਬ ਵੇ ਸੁਣ ਅਰਜੇ ਮੇਰੀ ਹੋਈ ਬੁਰਜ ਸ਼ਹੀਦ ਦੇ ਸਜਦੇ ਨੂੰ ਦੇਰੀ ਤੈ ਬਾਗ ਸੂਰਜ ਛਿਪੇ ਜੋ ਕਿਸ ਅਗਨੀ ਲੇਟੇ ਕਿਸ ਅੰਬਰ ਦੇ ਵਿੱਚ ਕੂਕਦੇ ਤੇਗਾਂ ਦੇ ਬੇਟੇ ਅੱਗ ਦੇ ਪਰਬਤ ਤੋੜਦਾ ਜੋ ਖਾ ਪਲਸੇਟੇ ਉਹ ਕਿੱਥੇ ਬਾਣ ਪੰਜਾਬ ਦਾ ਜੋ ਮੌਤਾਂ ਮੇਟੇ ਊਧਮ ਬਾਜਾ ਮਾਰਦਾ ਲੱਖ ਮੌਤ ਲੱਖ ਮੌਤਾਂ ਲੜੀਆਂ ਮੈਂ ਬੰਨ ਕੇ ਗਾਨਾ ਲਹੂ ਦਾ ਸ਼ਮਸ਼ੀਰਾਂ ਵਰੀਆਂ ਸੂਰਜ ਵਿੱਚੋਂ ਉੱਡ ਕੇ ਉਹ ਪੌਣਾ ਪਰੀਆਂ ਕਿ ਕਹਿੰਦੀ ਮੇਰੇ ਬਾਗ ਨੂੰ ਬਡਰੋਹ ਵਿੱਚ ਸੜੀਆਂ ਸਿਖਰ ਦੁਪਹਿਰਾਂ ਉੱਠੀਆਂ ਕਲ ਵਲ ਵਿਚ ਭਰੀਆਂ ਕਪਟੀ ਸ਼ਾਹ ਕਬੇਰ ਦੇ ਸੀਨੇ ਤੇ ਚੜੀਆਂ ਪੱਥਰ ਹੇਠਾਂ ਹੇਠਾਂ ਸੌ ਰਹੇ ਅਸਮਾਨ ਲੈ ਖੜੀਆਂ ਮੁੜ ਦੇਸ਼ ਪੰਜਾਬ ਦੀ ਫਜ਼ਰ ਨੇ ਤਨ ਤੇਗਾਂ ਜਰੀਆਂ ਮੇਲ ਵਿਛੋੜੇ ਵਾਲੀਆਂ ਤੋਂ ਸੱਚੀਆਂ ਘੜੀਆਂ ਤਰਕੇ ਸਾਗਰ ਬਾਗ ਵਿੱਚ ਬਸ ਅੱਖੀਆਂ ਭਰੀਆਂ ਧਰਤ ਸ਼ਹੀਦਾਂ ਚੁੰਮ ਕੇ ਕਰ ਰੁੱਤਾਂ ਹਰੀਆਂ ਆਇਆ ਘੋੜਾ ਪੀੜ ਮੈਂ ਕਿਸ ਵਾਗਾਂ ਫੜੀਆਂ ਪਹਿਰੇਦਾਰ ਪੰਜਾਬ ਦਾ ਪੰਜ ਨਦੀਆਂ ਤਰੀਆਂ ਪਹਿਰੇਦਾਰ ਪੰਜਾਬ ਦਾ ਪੰਜ ਨਦੀਆਂ ਤਰੀਆਂ ਸ਼ਹੀਦ ਊਧਮ ਸਿੰਘ ਉਹਨਾਂ ਨੂੰ ਦੇ ਬਾਰੇ ਸਰਦਾਰ ਹਰਿੰਦਰ ਸਿੰਘ ਮਹਿਬੂਬ ਉਹਨਾਂ ਨੇ ਲਿਖਿਆ ਤੇ ਆਪਾਂ ਸਰਦਾਰ ਮੇਵਾ ਸਿੰਘ ਲੋਪੋਂਕੇ ਨੂੰ ਵੀ ਯਾਦ ਕਰਦੇ ਧੰਨਵਾਦ ਜੀ ਸਾਰਿਆਂ ਦਾ ਹਰ ਇੱਕ ਦੇ ਕਿਸਮਤ ਦੇ ਵਿੱਚ ਕੌਮ ਲਈ ਲੜਨਾ ਤੇ ਕੌਮ ਲਈ ਸ਼ਹੀਦ ਹੋਣਾ ਨਹੀਂ ਲਿਖਿਆ ਜਾਂਦਾ ਕੌਮੀ ਕਾਰਜਾਂ ਦੇ ਲਈ ਵੱਡੇ ਜਿਗਰੇ ਚਾਹੀਦੇ ਨੇ ਜਿਗਰੇ ਤੋਂ ਪਹਿਲਾਂ ਮੋਢੇ ਤੇ ਥਾਪੜਾ ਚਾਹੀਦਾ ਸਾਹਿਬ ਦਾ ਵੱਡੀਆਂ ਭਗਤੀਆਂ ਚਾਹੀਦੀਆਂ ਨੇ ਤੇ ਵੱਡੀਆਂ ਕਮਾਈਆਂ ਤੋਂ ਬਾਅਦ ਇਹ ਰਾਹ ਤੇ ਕੋਈ ਤੁਰਦਾ ਜਿਵੇਂ ਆਪਾਂ ਡਾਲੇ ਕਮਾਉਣ ਆਏ ਸੀ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਂਕੇ ਵਾਲੇ ਵੀ ਇੱਥੇ ਆਏ ਸੀ ਜਿਨ੍ਹਾਂ ਦਾ ਜਨਮ 1880 ਦਾ ਲੋਪੋਂਕੇ ਪਿੰਡ ਚ ਪਿਤਾ ਸਾਹਿਬ ਆਨੰਦ ਸਿੰਘ ਦੇ ਘਰੇ ਤੇ 26 ਵਰਿਆਂ ਦੀ ਉਮਰ ਚ ਵੈਨਕੂਵਰ ਭਾਈ ਸਾਹਿਬ ਆਏ ਧਾਰਮਿਕ ਬਿਰਤੀ ਸੀ ਸ਼ਾਂਤ ਸੁਭਾਅ ਦਾ ਸੀ ਤੇ ਵੈਨਕੂਵਰ ਦੇ ਜਿਹੜੇ ਸਿੱਖ ਸੀ ਉਹਨਾਂ ਚ ਸ਼ਾਮਿਲ ਹੋ ਗਏ ਆਗੂਆਂ ਦੇ ਵਿੱਚ ਪਹਿਲਾ ਕੰਮ ਗੁਰਦੁਆਰਾ ਸਾਹਿਬ ਬਣਾਉਣ ਦਾ ਆਰੰਭਿਆ ਕੌਮ ਨੂੰ ਉੱਥੇ ਤਾਂ ਕਹਿੰਦੇ ਆ ਨਾ ਬਈ ਬਾਬਿਆਂ ਨੂੰ ਕੋਈ ਹੋਰ ਹੁਕਮ ਦਿੰਦਾ ਤੇ ਉਹ ਢਾਹੀ ਜਾਂਦੇ ਨੇ ਇੱਥੇ ਅਸੀਂ ਆਪ ਪਹਿਲਾ ਗੁਰਦੁਆਰਾ ਸਾਹਿਬ ਦੂਜੇ ਐਵਨਿਊ ਵਾਲਾ ਵੇਚਿਆ ਉਹ ਕਹਿੰਦੇ ਸੋਚਿਆ ਹੀ ਨਹੀਂ ਅਸੀਂ ਕਿਹਾ ਚੱਲ ਇਹ ਛੋਟਾ ਵੇਚ ਦੋ ਬੜਾ ਬੜਾ ਜਿਹੜਾ ਹੈ ਉਹਦੇ ਵਿੱਚ ਬੜਾ ਬਣਾ ਲਈਏ ਬਸ ਇਉਂ ਨਹੀਂ ਸੋਚਿਆ ਵੀ ਇਹ ਜਿਹੜੇ ਜਿਹਨਾਂ ਦੇਸ਼ਾਂ ਚ ਫਿਰਦੇ ਇੱਥੇ 400-400 ਸਾਲ 500-500 ਸਾਲ ਦੀਆਂ ਇਮਾਰਤਾਂ ਲੋਕ ਸਾਂਭੀ ਬੈਠੇ ਨੇ ਪਰ ਰੱਬ ਜਾਣਦਾ ਕੀ ਹੋਇਆ ਤੇ ਗੁਰਦੁਆਰਾ ਸਾਹਿਬ ਜਦ ਬਣ ਗਏ ਤਾਂ ਖਾਲਸਾ ਦੀਵਾਨ ਸੁਸਾਇਟੀ ਤੇ ਫਿਰ 1908 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਹੋਇਆ ਖੰਡੇ ਵਾਟੇ ਦਾ ਅੰਮ੍ਰਿਤ ਭਾਈ ਸਾਹਿਬ ਨੇ ਛਕਿਆ ਤੇ ਰਹਿੰਦੇ ਹੁੰਦੇ ਸੀ ਭਾਈ ਸਾਹਿਬ ਭਾਈ ਰਾਮ ਸਿੰਘ ਧਲੇਤੇ ਵਾਲਿਆਂ ਦੇ ਡੇਰੇ ਚ ਜਿਹੜੇ ਬਹੁਤ ਅਮੀਰ ਸਿੱਖ ਹੋਏ ਨੇ ਸਾਰਾ ਕੁਛ ਛੱਡ ਕੇ ਚਲੇ ਗਏ ਮੈਂ ਕਹਿੰਦਾ ਹੁਣ ਜੇ ਪੀੜ੍ਹੀ ਹੁੰਦੀ ਚਾਹੇ ਅੱਧੇ ਤੋਂ ਵੱਧ ਵੈਨਕੂਵਰ ਦੇ ਮਾਲਕ ਹੁੰਦੇ
ਤੇ ਨਾਲ ਗੁਰੂ ਨਾਨਕ ਮਾਈਨਿੰਗ ਤੇ ਟਰਸਟ ਕੰਪਨੀ ਦੇ ਹਿੱਸੇਦਾਰ ਵੀ ਭਾਈ ਸਾਹਿਬ ਰਹੇ। ਪ੍ਰਧਾਨ ਜਿਹੜੇ ਸੁਸਾਇਟੀ ਦੇ ਪਹਿਲੇ ਬਣੇ ਭਾਈ ਸਾਹਿਬ ਭਾਈ ਭਾਗ ਸਿੰਘ ਤੇ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਬਲਵੰਤ ਸਿੰਘ, ਉਹਨਾਂ ਨਾਲ ਬਹੁਤ ਪਿਆਰ ਸੀ ਆਪ ਨੂੰ। ਜਦ ਨੂੰ ਕਾਮਾ ਘਾਟਾ ਮਾਰੂ ਆ ਗਿਆ 23 ਮਈ 1914 ਨੂੰ, ਬਸ ਉਸ ਸਮੇਂ ਰੋਸ ਜਾਗਿਆ ਵੀ ਯਾਰ ਇਹ ਤਾਂ ਨਸਲਵਾਦ ਇੱਥੇ ਸਿਰ ਚੱਕਿਆ ਹੈ ਬਹੁਤ, ਤੇ ਵਾਸ਼ਿੰਗਟਨ ਵਾਲੇ ਪਾਸੇ ਸਲਾਹ ਕਰਨ ਲਈ ਦੂਜੇ ਨਾਲ, ਨੇੜੇ ਤਾਂ ਸਿਆਟਲ ਕੋਈ ਨੀ ਸੀ, ਗਾਹਾਂ ਐਸਟੋਰੀਆ ਦੇ ਨੇੜੇ ਪੋਰਟਲੈਂਡ ਦੇ ਨੇੜੇ ਗਦਰੀ ਯੋਧੇ ਸੀ, ਤੇ ਉਹਨਾਂ ਦਿਨਾਂ ਦੇ ਵਿੱਚ ਸੋਹਣ ਸਿੰਘ ਜੀ ਪਕਨਾ ਤੇ ਹੋਰ ਸਿੱਖ, ਤੇ ਉਹਨਾਂ ਦਿਨਾਂ ਚ ਹੀ ਯੋਧੇ ਸਰਾਭੇ ਨੇ ਵੀ ਉਸ ਧਰਤੀ ਤੇ ਪੈੜਾਂ ਜਿਹੜੀਆਂ ਪਾਈਆਂ ਯੂਲੋ ਕੰਟੀ ਤੋਂ ਯੂਬਾ ਸਿਟੀ ਤੋਂ, ਉਹ ਵੀ ਪੋਰਟਲੈਂਡ ਆਏ ਸੀ। ਕਮਾਲ ਹੈ ਧਰਤ ਨੂੰ, ਤੇ ਲੰਘੇ ਜਾਂਦੇ ਉਹਨੇ I-5 ਤੇ ਜਦ ਪੋਰਟਲੈਂਡ ਤੋਂ ਵੈਨਕੂਵਰ ਤੋਂ ਪਿੱਛੇ ਨੂੰ ਅਸਟੋਰੀਆ ਵਾਲੇ ਏਰੀਏ ਚ ਦੇਖੋ ਮਿਲਾਂ, ਉੱਥੇ ਸਜਦਾ ਕਰਿਆ ਕਰੋ ਵੀ ਇਸ ਧਰਤ ਤੋਂ ਸਾਡੇ ਬਾਬੇ ਗਏ, ਇੱਥੇ ਰਹਿੰਦੇ ਰਹੇ। ਉਧਰ ਨੂੰ ਸਲਾਹ ਕਰਨ ਗਏ ਜੁਲਾਈ 1914 ਚ ਭਾਈ ਸਾਹਿਬ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਰੀ, ਭਾਈ ਸਾਹਿਬ ਭਾਈ ਮੇਵਾ ਸਿੰਘ, ਤੇ ਵਾਪਸ ਆਉਂਦੇ ਉਧਰੋਂ ਅਸਲਾ ਲੈ ਆਏ, ਰਿਵਾਲਵਰ ਲੈ ਆਏ, ਤੇ ਤਿੰਨੇ ਸਿੰਘ ਭਾਈ ਸਾਹਿਬ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਰੀ ਉਹ ਫੜ ਲਏ। ਆਪ ਦੋ ਰਿਵਾਲਵਰ 500 ਗੋਲੀਆਂ ਉਹਨਾਂ ਦੇ ਕੋਲ, ਸੋਚਣ ਲਈ ਤਾਂ ਇਹੀ ਗਏ ਜਾਂ ਆਪਣੇ ਹੱਥੀ ਆਪਣਾ ਕੰਮ ਕਰਨ ਲਈ ਜਾਂ ਸ਼ਸਤਰ ਦੇ ਅਧੀਨ ਰਾਜ ਦੀ ਗੱਲ ਕਰਨ ਲਈ, ਵੀ ਇਹ ਤਾਂ ਜ਼ੁਲਮ ਕਰ ਰਹੇ ਨੇ ਸਾਡੇ ਪਰਿਵਾਰਾਂ ਨੂੰ, ਉੱਤਰ ਨਹੀਂ ਰਹੇ। ਸਭ ਤੋਂ ਵੱਡਾ ਕੰਮ ਸੀ ਹਪਕਿੰਸਨ ਦਾ, ਇਮੀਗ੍ਰੇਸ਼ਨ ਵਿਭਾਗ ਦਾ ਜਿਹੜਾ ਹੈਡ ਸੀ ਮੈਲਕਮ ਰੀਡ, ਉਹ ਕਹਿੰਦੇ ਇਹ ਨਹੀਂ ਉੱਤਰ ਦੇਣਾ, ਕੇਸ ਚੱਲਿਆ ਹਥਿਆਰਾਂ ਕਰਕੇ, $50 ਦਾ ਜੁਰਮਾਨਾ ਕਰਕੇ 14 ਦੇ ਵਿੱਚ ਹੀ ਅਗਸਤ ਚ ਰਿਹਾ ਕਰ ਦਿੱਤਾ। 1913 ਦੇ ਵਿੱਚ ਗਦਰ ਪਾਰਟੀ ਬਣੀ ਤੇ ਗਦਰ ਅਖਬਾਰ ਵੈਨਕੂਵਰ ਦੇ ਗੁਰਦੁਆਰੇ ਚ ਆਉਣ ਲੱਗਾ, ਤੇ ਗਦਰ ਦਾ ਰੰਗ ਜਿਹੜਾ ਜਿੱਥੇ ਭਾਈ ਸਾਹਿਬ ਭਾਈ ਭਾਗ ਸਿੰਘ ਤੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਚੜਿਆ, ਉਹ ਹੀ ਸਰਦਾਰ ਸਾਹਿਬ ਨੂੰ ਵੀ ਇਹੀ ਚੜਿਆ, ਤੇ ਇਸ ਸਾਰਿਆਂ ਨੂੰ ਦੱਬਣ ਲਈ ਹਪਕਿੰਸਨ ਨੇ ਗਦਾਰ ਤੋਂ ਬੇਲੇ ਤੋਂ ਸ਼ਹੀਦ ਦੋਨੇ ਸਿੰਘ ਕਰਾ ਤੇ 5 ਸਤੰਬਰ 1914। ਦੇਖੋ 1914 ਚ ਕੀ ਹੋ ਰਿਹਾ, ਗਦਰ ਪਾਰਟੀ ਬਣ ਰਹੀ ਹੈ, ਕਾਮਾ ਘਾਟਾ ਮਾਰੂ ਆ ਰਿਹਾ, ਸ਼ਹੀਦਾਂ ਦੇ ਸ਼ਹੀਦੀਆਂ ਹੋ ਰਹੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਇੰਨੇ ਔਖੇ ਬਣਾਏ, ਉਧਰੋਂ ਯੋਧੇ ਤਿਆਰੀ ਕਰ ਰਹੇ ਨੇ ਵਰਲਡ ਵਾਰ ਦੇ ਹਿਸਾਬ ਨਾਲ, ਵੀ ਚੱਲੀਏ ਭਰੋ ਜਹਾਜ਼ ਤੇ ਚਲੋ ਹੁਣ ਬਸ ਛੱਡ ਚੱਲੋ ਸਾਰਾ ਕੁਛ, ਆਏ ਸੀ ਕਮਾਉਣ ਉਹ, ਤੇ ਬਸ ਉਸ ਤੋਂ ਬਾਅਦ ਕਹਿੰਦੇ ਭਾਈ ਸਾਹਿਬ ਚੁੱਪੇ ਹੋ ਗਏ, ਇੰਨਾ ਮਨ ਨੂੰ ਦੁੱਖ ਲੱਗਿਆ, ਤੇ ਪਾਠ ਕਰਦੇ ਹਰ ਵਕਤ ਲੀਨ ਰਹਿੰਦੇ, ਤੇ ਕਤਲ ਦਾ ਮੁਕੱਦਮਾ ਜਿਹੜਾ ਬੇਲੇ ਦੇ ਖਿਲਾਫ਼ ਚੱਲ ਰਿਹਾ ਸੀ, ਹਰ ਰੋਜ਼ ਜਦ ਵੀ ਚੱਲਦਾ ਤਾਂ ਕਚਹਿਰੀ ਆਪ ਜਾਂਦੇ, ਪੇਸ਼ੀ ਤੇ ਜਾਂਦੇ, ਤੇ ਪਰ ਪਿਸਤੌਲ ਦੇ ਨਿਸ਼ਾਨੇ ਦਾ ਅਭਿਆਸ ਆਪ ਨੇ ਸ਼ੁਰੂ ਕਰ ਦਿੱਤਾ ਸੀ 21 ਅਕਤੂਬਰ 1914 ਨੂੰ। ਆਮ ਹੀ ਮੇਵਾ ਸਿੰਘ ਤੇ ਦੁੜਕਦੇ ਰਹਿੰਦੇ ਹਪਕਿੰਸ ਸੁਣਾਉਣੀ ਰੀਡ ਵੀ, ਵੀ ਤੂੰ ਨੀ ਤੈਨੂੰ ਵੀ ਉਹੀ ਕਰਾਂਗੇ ਜੇ ਤੂੰ ਗਵਾਹੀ ਦਿੱਤੀ, ਇਹ ਕਹਿੰਦਾ ਘੇਰ ਕੇ ਖੜਦਾ, ਰੈਲੀ ਚ ਘੇਰ ਲੈਂਦਾ, ਕਦੇ ਕਿਤੇ ਘੇਰ ਲੈਂਦਾ ਭਾਈ ਸਾਹਿਬ ਨੂੰ, ਹਪਕਿੰਸ ਨੂੰ ਘੇਰਦਾ, ਬਦਮਾਸ਼ੀ ਕਰਦਾ ਸੀ, ਮਿਲਗੋਭਾ ਸੀ, ਗੋਰਾ ਪਿਓ ਸੀ, ਮਾਂ ਭਾਰਤ ਦੀ ਸੀ ਬੋਲੀ ਆਉਂਦੀ ਸੀ, ਤੇ ਦਲਗਿਰੀ ਕਰਦਾ ਰੱਜ ਕੇ ਪੂਰੀ ਕੌਮ ਨੂੰ ਭਾਈਚਾਰੇ ਨੂੰ ਦਾ ਸਾਹ ਕੱਢ ਕੇ ਰੱਖਦਾ, ਲੰਬਾ ਹੈਟ ਪਾ ਕੇ ਤੇ ਕੋਟ ਪੈਂਟ ਪਾ ਕੇ ਤੇ ਤੁਰਿਆ ਫਿਰਦਾ, ਫੇਰ ਦਰਾ ਮੂਹਰੇ ਖੜਾ, ਤੇ ਤਰਸ ਅੱਗੇ ਹੁੰਦੀ ਸੀ ਲਾਸੀ, ਤੇ 10:12 ਤੇ ਜਦ ਬਣ ਲੱਗੇ ਦਰਵਾਜੇ ਦੇ ਅੱਗੇ ਬਰਾਂਡੇ ਤੇ ਥਮਲੇ ਨਾਲ ਢੋਲ ਆਈ ਖੜਾ, ਉਹੀ ਗੱਲ ਫੇਰ, ਐਂ ਕਰ ਦੂ, ਇਹ ਕਰ ਦੂ, ਉਹ ਕਰ ਦੂ, ਤੇ ਬਸ ਫਿਰ ਕੋਲ ਭੱਜ ਪੁੱਜ ਕੇ ਬਹੁਤ ਠੰਮੇ ਨਾਲ ਪਿਸਟਲ ਕੱਢਿਆ ਤੇ ਹਪਕਿੰਸਨ ਨੇ ਗੋਲੀਆਂ ਮਾਰੀਆਂ, ਡਿੱਗਿਆ। ਜਦ ਹਪਕਿੰਸਨ ਦੂਜੇ ਪਾਸਿਓਂ ਫੇਰ ਕੱਢਿਆ ਤੇ ਫੁੜਫੁੜੀ ਦੇ ਵਿੱਚ ਹੱਥਾ ਜਿਹੜਾ ਸਿਰ ਚ ਮਾਰਿਆ, ਪਿਸਤੌਲ ਸੱਜੇ ਛੱਡ ਕੇ ਖੱਬੇ ਵਾਲੇ ਨਾਲ ਫੇਰ ਹੋਰ ਗੋਲੀਆਂ ਮਾਰੀ, ਬਸ
ਉਹਦੇ ਬਾਅਦ ਪਿਸਤੌਲ ਜੱਜ ਦੀ ਮੇਜ਼ ਤੇ ਰੱਖ ਕੇ ਕਹਿਤਾ ਵੀ ਮੈਂ ਪਾਗਲ ਨਹੀਂ, ਜਿਹਨੂੰ ਮਾਰਨਾ ਉਹ ਮਾਰ ਦਿੱਤਾ। ਤਾਂ ਹੱਸ ਕੇ ਖੁਸ਼ੀ ਹੋਈ ਤੇ ਮਨ ਚ ਕਹਿੰਦੇ ਲਿਆਂਦੇ ਦੋਨੇ ਇਹ ਸੀ ਵੀ ਮੈਲਕਮ ਰੀਡ ਵੀ ਮਾਰਨਾ ਸੀ, ਉਹ ਹੈ ਨਹੀਂ ਸੀ। ਮੈਲਕਮ ਰੀਡ ਤਾਂ ਫਿਰ ਵੈਨਕੂਵਰੇ ਛੱਡ ਕੇ ਚਲੇ ਗਏ। ਰੌਲਾ ਪੈ ਗਿਆ ਕੈਨੇਡਾ ਅਮਰੀਕਾ ਚ ਕਿੱਥੇ ਕਤਲ ਹੁੰਦੇ ਸੀ, ਜਦ ਧਰਤੀ ਕੰਬਣ ਲੱਗੀ ਤੇ ਲੋਕ ਜਿਹੜੇ ਕੁਲੀ ਕੁਲੀ ਕਹਿ ਕੇ ਸਿਰਾਂ ਦੀਆਂ ਦਸਤਾਰਾਂ ਨੂੰ ਕਹਿੰਦੇ ਸੀ ਸਿਰ ਤੇ ਕੀ ਡਾਇਪਰ ਆ, ਰਾਹ ਛੱਡ ਕੇ ਯੋਧਿਆਂ ਦੇ ਤੁਰਨ ਲੱਗੇ ਸੜਕਾਂ ਤੇ। ਰਣ ਸਿੰਘ ਧਲੇਤਾਉਣੀ ਅਕਸਰ ਤੁੱਕ ਗਾਇਆ ਕਰਦੇ, ਕਹਿੰਦੇ ਸੇਵਾ ਕੀਤੀ ਮੇਵਾ ਸਿੰਘ ਨੇ ਪੂਰਾ ਰਿੱਛ ਨਰਕਾਂ ਨੂੰ ਤੋਰਿਆ। ਤੇ ਕਤਲ ਜਦ ਹਪਕਿੰਸਨ ਦਾ ਨੋਰਮਲ ਥੋੜਾ ਸੀ, ਬ੍ਰਿਟਿਸ਼ ਸਾਮਰਾਜ ਦੀਆਂ ਜੜਾਂ ਹਿੱਲ ਗਈਆਂ ਵੀ ਹੋਇਆ ਕੀ। ਤੇ ਅਖੀਰ 11 ਜਨਵਰੀ 1915 ਨੂੰ ਇਹ ਜੱਜ ਮੋਰਿਸਨ ਤੇ ਜਿਊਰੀ ਨੇ 30 ਅਕਤੂਬਰ 1914 ਨੂੰ ਸਜ਼ਾ ਸੁਣਾਈ। ਤੇ ਮੇਵਾ ਸਿੰਘ ਦੇ ਚਿਹਰੇ ਤੇ ਭਾਈ ਸਾਹਿਬ ਦੇ ਰੌਣਕ ਆ ਗਏ, ਸ਼ੁਕਰ ਹੈ ਵਾਹਿਗੁਰੂ ਤਾਂ ਮੇਰੀ ਸੰਸਾਰ ਦੇ ਨਿਤਾਣੇ ਲੋਕਾਂ ਖਾਤਰ ਕੀਤੀ ਕੁਰਬਾਨੀ ਕਬੂਲ। ਭਾਈ ਸਾਹਿਬ ਭਾਈ ਭਾਗ ਸਿੰਘ ਦੀ 9 ਵਰਿਆਂ ਦੀ ਧੀ ਵੇਖਣ ਦੀ ਮਨ ਦੇ ਵਿੱਚ ਚਾਹ ਕੀਤੀ, ਪਰ ਹੈ ਨਹੀਂ ਸੀ ਉੱਥੇ। ਉੱਚੀ ਆਵਾਜ਼ ਚ ਸੂਰਾ ਸੁਰ ਪਹਿਚਾਨੀਏ ਸ਼ਬਦ ਜਿਹੜਾ ਗਾਇਆ, ਜੇਲ੍ਹ ਲੈ ਗਈ। ਤੇ 11 ਜਨਵਰੀ ਦਾ ਦਿਨ ਆ ਗਿਆ 1915 ਦਾ, ਸਮੁੱਚੀ ਕੈਨੇਡਾ ਦੀ ਸੰਗਤ ਇਕੱਠੀ ਹੋ ਕੇ ਜੇਲ੍ਹ ਦੇ ਗੇਟ ਤੇ ਪਹੁੰਚੀ। ਤੇ ਭਾਈ ਸਾਹਿਬ ਭਾਈ ਮਿਤ ਸਿੰਘ ਪੰਡੋਰੀ ਤੇ ਪਾਠ ਕਰ ਰਹੇ ਸੀ। ਮੇਵਾ ਸਿੰਘ ਹੁਣੀ ਜਦ ਕੋਲ ਆਏ ਰੋਣ ਲੱਗੇ ਤੇ ਉਹਨਾਂ ਕਿਹਾ ਡੋਲਿਓ ਨਾ, ਟਾਈਮ ਰਹਿਣਾ। ਫਿਰ ਭਾਈ ਮੇਵਾ ਸਿੰਘ ਨੇ ਭਾਈ ਪੰਡੋਰੀ ਨੂੰ ਕਿਹਾ ਕਿ ਜਦ ਮੈਨੂੰ ਲਾਉਣ ਫਾਂਸੀ ਦਾ ਤੜਫਦਾ ਸਰੀਰ, ਸੰਗਤ ਨੇ ਉੱਧਰ ਨਾ ਨੀ ਗੁਰਬਾਣੀ ਦਾ ਹੀ ਪਾਠ ਕਰ। ਭਾਈ ਮੇਵਾ ਸਿੰਘ ਦੇ ਇਸ ਅੰਤਮ ਸੰਦੇਸ਼ੇ ਪਿੱਛੋਂ ਅਰਦਾਸਾ ਸੋਧਿਆ ਗਿਆ। ਉਸ ਵੱਲੋਂ ਫਾਂਸੀ ਵਾਲੇ ਕੱਪੜੇ ਪਾ ਕੇ ਸਰੀਰ ਤਿਆਗਣ ਦੀ ਤਿਆਰੀ ਹੋਈ, ਚੜ੍ਹਦੀ ਕਲਾ ਦੇ ਵਿੱਚ ਬਹੁਤ। 7:45 ਸਵੇਰੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਸੰਗਤਾਂ ਇੰਨਾ ਇਕੱਠ ਸੀ, ਮ੍ਰਿਤਕ ਸਤਰੀ ਨੂੰ ਫਰੇਜ਼ਰ ਮਿਲ ਦੇ ਸ਼ਮਸ਼ਾਨ ਘਾਟ ਚ ਲੈ ਕੇ ਗਿਆ, ਜਦ ਉਹੀ ਸ਼ਮਸ਼ਾਨ ਘਾਟ 1908 ਚ ਗੁਰਦੁਆਰਾ ਸਾਹਿਬ ਦੀ ਜਿਹੜਾ ਉਦਘਾਟਨੀ ਸਮਾਰੋਹ ਸੀ ਉਹਦੇ ਬਾਅਦ ਏਡੀ ਵੱਡੀ ਵੱਡਾ ਇਕੱਠ ਹੋਇਆ। ਫੇਰ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਤੇ ਭੋਗ, ਉਹਦੇ ਚ ਵੱਡਾ ਦੀਵਾਨ ਜਿਹੜਾ ਸਜਿਆ, ਗਦਰ ਲਹਿਰ ਦਾ ਐਡਾ ਹੰਗਾਰਾ ਜਿਹੜਾ ਮਿਲਿਆ ਉਹ ਇਸ ਤੋਂ ਬਾਅਦ ਮਿਲਿਆ। ਬਿਆਨ ਉਹਨਾਂ ਦਾ ਜਿਹੜਾ ਸੀ ਉਹ ਪੜ੍ਹ ਕੇ ਸੁਣਾਉਣ ਵਾਲਾ, ਮੈਂ ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਪੜ੍ਹਦਾ। ਮੇਰਾ ਨਾਮ ਮੇਵਾ ਸਿੰਘ ਹੈ, ਮੈਂ ਹਪਕਿੰਸਨ ਨੂੰ ਮਾਰਿਆ, ਮੈਂ ਇਹ ਸਭ ਕੁਝ ਕਾਰਜ ਕੀਤਾ, ਮੈਂ ਅੱਜ ਤੱਕ ਰੱਬ ਤੋਂ ਡਰਨ ਵਾਲਾ। ਵੈਨਕੂਵਰ ਅੰਦਰ ਮੇਰੇ ਨਾਲ ਜੋ ਧੱਕੇ ਤੇ ਅਪਮਾਨ ਜਨ ਗੱਲਾਂ ਹੋਈਆਂ ਉਸਦੀ ਪੀੜਾ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ। ਅਸੀਂ ਸਿੱਖ ਲੋਕ ਜਦੋਂ ਗੁਰਦੁਆਰੇ ਜਾਂਦੇ ਹਾਂ ਸਾਡਾ ਮਕਸਦ ਕੇਵਲ ਭਜਨ ਬੰਦਗੀ ਕਰਨਾ ਹੁੰਦਾ, ਪਰ ਉਹ ਕਪਟੀ ਲੋਕ ਗੁਰਦੁਆਰੇ ਸਾਡੀਆਂ ਜੜਾਂ ਵੱਢਣ ਦੇ ਇਰਾਦੇ ਨਾਲ ਆਉਂਦੇ ਹਨ। ਉਹ ਉਹਨਾਂ ਗੁਰਦੁਆਰੇ ਦੀ ਪਵਿੱਤਰਤਾ ਨੂੰ ਭੰਗ ਕੀਤਾ। ਕੁਝ ਦਿਨ ਹੋਏ ਬੇਲਾ ਸਿੰਘ ਨੇ ਗੁਰਦੁਆਰੇ ਅੰਦਰ ਗੋਲੀ ਚਲਾਈ, ਪੁਲਿਸ ਨੇ ਮੈਨੂੰ ਫੜ ਲਿਆ ਕਿ ਤੂੰ ਵੀ ਗੋਲੀ ਚਲਾਈ। ਜਦੋਂ ਪੁਲਿਸ ਵਾਲਿਆਂ ਤੇ ਬੇਲਾ ਸਿੰਘ ਨੂੰ ਫੜਿਆ ਤਾਂ ਉਹਦਾ ਜਵਾਬ ਸੀ ਮੈਂ ਕਿਸ ਵਾਸਤੇ ਗੁਰਦੁਆਰੇ ਅੰਦਰ ਗੋਲੀ ਚਲਾਉਣੀ। ਰੀਡ ਤੇ ਹਪਕਿੰਸ ਨੂੰ ਚੰਗੀ ਤਰ੍ਹਾਂ ਪਤਾ ਗਿਆ ਮੈਂ ਗੋਲੀ ਨੀ ਚਲਾਈ। ਜਦੋਂ ਗੁਬੇਲਾ ਸਿੰਘ ਨੇ ਗੋਲੀ ਚਲਾਈ ਤਾਂ ਅਸੀਂ ਸ਼ਬਦ ਕੀਰਤਨ ਕਰ ਰਹੇ ਸਾਂ, ਗੋਲੀ ਦਾ ਨਿਸ਼ਾਨਾ ਬਣੀ। ਭਾਈ ਭਾਗ ਸਿੰਘ ਦੀ ਪਤਨੀ ਮਰ ਚੁੱਕੀ ਹੈ, ਉਸਦੇ ਕੇਵਲ 2 ਛੋਟੇ-ਛੋਟੇ ਬੱਚੇ ਹਨ। ਉਹਨਾਂ ਮਾਸੂਮਾਂ ਨੂੰ ਦੇਖ ਕੇ ਮੇਰਾ ਕਾਲਜਾ ਫਟ ਗਿਆ। ਜਦ ਮੈਂ ਪਿਸਤੌਲ ਰੱਖਣ ਦੇ ਦੋਸ਼ ਗ੍ਰਿਫਤਾਰ ਕੀਤਾ ਤਾਂ ਮੈਨੂੰ ਰੇ ਹਪਕਿੰਸ ਤੇ ਬੇਲਾ ਸਿੰਘ ਨੇ ਆਖਿਆ ਤੈਨੂੰ ਬਰੀ ਕਰਾ ਦਾਂਗੇ ਜੇ ਤੂੰ ਇਹ ਬਿਆਨ ਦੇਵੇਂ ਕਿ ਪਿਸਤੌਲ ਭਾਈ ਭਾਗ ਸਿੰਘ ਤੇ ਬਲਵੰਤ ਸਿੰਘ ਤੇ ਹਰਨਾਮ ਸਿੰਘ ਨੇ ਲਿਆਂਦੇ ਨੇ। ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਂ ਰੱਬ ਤੋਂ ਡਰਨ ਵਾਲਾ ਬੰਦਾ। ਬੇਲਾ ਸਿੰਘ ਨੇ ਆਖਿਆ ਕਿ ਹਪਕਿੰਸ ਨੂੰ ਕੁਝ ਡਾਲਰ ਦੇ, ਉਹ ਸਭ ਕੁਝ ਠੀਕ ਕਰਦਾ। ਮੈਂ ਕਿਹਾ ਤੁਸੀਂ ਡਾਲਰ ਲੈਣੇ ਹਨ ਤਾਂ ਲੈ ਲਓ, ਪਰ ਮੈਂ ਕਦਾਚਿਤ ਝੂਠ ਨਹੀਂ ਬੋਲਣਾ। ਜਦੋਂ ਮੈਂ ਉੱਤਰ ਦਿੱਤਾ ਹਪਕਿੰਸ ਵੀ ਉੱਤੇ ਸੀ। ਮੇਰਾ ਧਰਮ ਕਿਸੇ ਨਾਲ ਵੈਰ ਕਰਨਾ ਨਹੀਂ ਸਿਖਾਉਂਦਾ, ਨਾ ਹੀ ਮੇਰੀ ਹਪਕਿੰਸ ਨਾਲ ਕੋਈ ਦੁਸ਼ਮਣੀ ਹੈ। ਉਹ ਗਰੀਬ ਲੋਕਾਂ ਨੂੰ ਦਬਾਉਂਦਾ ਲਤਾੜਦਾ,
मैं एक सच्चे सिख होने के नाते बर्दाश्त नहीं कर सकता, मेरा देश बस रहा अथवा कनेडा की अर्ध बस्ती नाले भैड़ा बर्ताव हो रहा है। सोच अधीन मैं हपकिंस की जान ली है, नाल ही अपनी जान की बाजी लाई। सच्चे सिख के फर्ज नभाउंदिआं वाहिगुरू का नाम जपदा बस फांसी के तख्ते वल उसी खिचदे चाउ नाल जावेगा जिवें एक बालक अपनी मां वल नूं जांदा। मेरा विश्वास है वाहिगुरू मैनूं अपने चरण कमलां च निवास देवेगा। वो साडे नाल हर वेले धक्का करन दा मौका भरदी है जदों साडे मुकदमे कचहरी जांदे ने, जज पहले ही साडे विरुद्ध फैसला तैयार करके बैठे ने। जिधर दा इंसाफ होए जज हमेशा पुलिस दा पक्ष पूर्ण, साडे विरुद्ध तसवां नाल भरेमना तो किसी इंसाफ की आस नहीं हो सकती। पुलिस ते प्रशासन साडे नाल बेइंसाफियां दे धक्का करन लई एकजुट हो जाण तां किसे ना किसे नूं इस विरुद्ध हिक ठोक के खड़ना चाहीदा सी। मैं थापी मार के उठ खड़िया, ये बेइंसाफी की कंध उत्ते करारी सट मारन लई मैं बल धारिया। असीं जिहड़े इत्थे अजनबी हां, असीं जिहड़े इस घर दे मालक नहीं हां, समां साथों बलिदान की मंग करदा। सूरा सुर पहचानी है जो लड़ै दीन के हेत, पुरजा पुरजा कट मरे कबू हुना छाडै खेत। सतगुर ने कहा जिथे भी होवे रब्बी कानूनां दी पालना ते प्रसार करो, अत्याचार ते अत्याचारियां नूं खत्म करो। ਹਪਕੰਸਨ ਬੇਲੇ ਬਾਬੂ ਤੇ ਗੰਗਾ ਰਾਮ ਰਾਹੀਂ ਰਿਸ਼ਵਤ ਬਤੋਰਦਾ, ਜਿਹੜਾ ਪੈਸਾ ਨਾ ਦੇਵੇ ਉਹ ਹਪਕਿੰਸ ਤੇ ਗੁੱਸੇ ਦਾ ਨਿਸ਼ਾਨ ਬਣਦਾ। ਬੇਲਾ ਉਹਨਾਂ ਸਾਰਿਆਂ ਚੋਂ ਨੀਚ ਬੰਦਾ, ਜਿਹੜਾ ਆਦਮੀ ਅੱਤਿਆਚਾਰ ਵਿਰੁੱਧ ਲੜਨ ਦਾ ਹੌਸਲਾ ਨਹੀਂ ਕਰਦਾ ਉਹ ਜਿਉਂਦਾ ਹੀ ਮਰਿਆ ਹੁੰਦਾ। ਇਹ ਭਾਈ ਸਾਹਿਬ ਦਾ ਬਿਆਨ ਸੀ। ਬਹੁਤ ਜ਼ਿਆਦਾ ਕੰਮ ਰਜਿੰਦਰ ਸਿੰਘ ਰਾਹੀਂ ਉਹਨਾਂ ਨੇ ਕੀਤਾ ਤੇ ਉਹਨਾਂ ਦਾ ਹੀ ਇਹ ਵੱਲੋਂ ਭੇਜਿਆ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ। ਸੋ याद कर रहे हैं उन्होंने शहीद भाई मेवा सिंह लोपों क्या वाले नु। बहुत बड़ा नाम है ते इत्थे दी इत्थे दे इतिहास दे विच ये नौ जड़ा बहुत वड्डा है ते पर साडियां गलतियां ने बई कौम जिवें मैं कल इस नूं नहीं दस सकिया, भुल गया, दिमाग च नहीं आई गल ते सानू याद है नहीं जिहड़े ये योधियां ने सानू जिउंदिआं रखिआ इस धरत ते। तुरे फिरदे आ इत्थे बहुत गल्लां भी करदे होणगे बई असीं, पर ਅਸੀਂ ਕਹਿ ਦਿਓ ਵੀ ਮੇਵਾ ਸਿੰਘ ਨੂੰ ਸ਼ਹੀਦ ਮੰਨਦੇ ਆ, ਨਹੀਂ ਮੰਨਦੇ, ਬਹੁਤ ਨੇ ਜਿਹੜੇ ਇਸ ਤਰ੍ਹਾਂ ਸਰ ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਂ ਕਿਉਂ ਵਾਲੇ ਵੀ ਇਸ ਧਰਤੀ ਤੇ ਆਪਣੇ ਵਾਂਗੂ ਹੀ ਕਮਾਉਣ ਆਏ ਸੀ ਤੇ ਪਰ 1906 ਚ ਪਹੁੰਚੇ ਨੇ 15 ਦੀ ਸ਼ਹੀਦੀ ਆ। 9 ਵਰਿਆਂ ਦੇ ਵਿੱਚ ਕੁਛ ਨਹੀਂ ਕੀਤਾ, ਕੋਈ ਨਹੀਂ ਕਮਾਇਆ, ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਕੰਮ ਕੀਤਾ, ਉਸ ਤੋਂ ਬਾਅਦ ਬਸ ਫਿਰ ਇੱਧਰ ਹੋ ਗਿਆ। 14 ਨੂੰ ਹੀ ਮਤਲਬ 1914 ਦਾ ਦਿਨ ਬਹੁਤ ਸਾਲ ਜਿਹੜਾ ਬਹੁਤ ਵੱਡਾ ਇੱਥੇ ਦੇ ਇਤਿਹਾਸ ਦੇ ਵਿੱਚ ਯਾਦ ਰੱਖਣ ਦੀ ਲੋੜ ਹੈ ਤੇ ਅਗਲੀ ਪੀੜ੍ਹੀ ਨੂੰ ਦੱਸਣ ਦੀ ਬਹੁਤ ਲੋੜ ਹੈ ਵੀ ਕੌਣ ਸਾਨੂੰ ਆਪ ਯਾਦ ਰੱਖਣ ਦੀ ਪਹਿਲਾਂ ਲੋੜ ਹੈ। ਪੀੜ੍ਹੀ ਨੂੰ ਤਾਂ ਦੱਸ ਦਿਆਂਗੇ, ਪਹਿਲਾਂ ਆਪ ਯਾਦ ਰੱਖਣ ਦੀ ਲੋੜ ਹੈ ਬਹੁਤ, ਕਿਉਂਕਿ ਅਸੀਂ ਭੁੱਲ ਗਏ। ਪ੍ਰਭਜੋਤ ਪਾਲ ਸਿੰਘ ਜੀ ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ। ਜਿੱਦਾਂ ਤੁਸੀਂ ਸ਼ਹੀਦਾਂ ਦੀ ਗੱਲ ਕਰਦੇ ਆ ਤੇ ਜਿੱਦਾਂ ਇਹ ਗੱਲ ਚਲੋ ਘੱਟੋ ਘੱਟ ਤੁਸੀਂ ਯਾਦ ਤਾਂ ਕੀਤਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਧੰਨਵਾਦ ਜੀ। ਗੱਲ ਇਹ ਹੋ ਗਈ ਜੀ ਬਈ ਉਹਨਾਂ ਦਾ ਦਿਨ ਜਿਹੜਾ ਲੰਘ ਕੇ ਗਿਆ, ਕੱਲ ਅੱਜ ਸਵੇਰੇ ਜਦ ਮੇਰਾ ਪਤਾ ਲੱਗਿਆ ਤਾਂ ਮਹਿਸੂਸ ਕੀਤਾ ਵੀ ਯਾਰ ਇਹ ਗਲਤੀ ਹੋਈ ਹੈ ਤੇ ਸਾਨੂੰ ਜ਼ਰੂਰ ਉਹਨਾਂ ਦਾ ਦਿਨ, ਗੁਰਦੁਆਰਾ ਸਾਹਿਬਾਨ ਜਿੰਨੇ ਨੇ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ, ਉਹਨਾਂ ਦਾ ਦਿਨ, ਉਹਨਾਂ ਦਾ ਸ਼ਹੀਦੀ ਦਿਨ ਬਹੁਤ ਜ਼ਰੂਰੀ ਆ, ਮਨਾਉਣਾ ਚਾਹੀਦਾ। ਤੇ ਅਸਲ ਤਾਂ ਇਹਦੇ ਬਾਰੇ ਜਿੰਨੀ ਵੀ ਜਾਗਰਤਾ ਸਾਖਰਤਾ ਲਿਆਂਦੀ ਜਾਵੇ ਓਨੀ ਥੋੜ੍ਹੀ ਹੈ।
ਦਿਹਾੜੀ ਇੱਕ ਟੁੱਟ ਜਾਵੇ ਆਪਣਾ ਆਪਾਂ ਕਿਹੜੇ ਹਿਸਾਬ ਨਾਲ ਸੋਚਦੇ ਹਾਂ, ਕਿਵੇਂ ਮਨ ਸਾਡਾ ਜਿਹੜਾ ਉਹ ਬੇਬਲ ਹੋ ਜਾਂਦਾ ਯਾਰ ਅੱਜ ਕੰਮ ਤੇ ਨੀ ਗਏ। ਇਹਨਾਂ ਯੋਧਿਆਂ ਨੇ ਆਪਣਾ ਆਪ ਵਾਰਿਆ। 1844-247-1550 ਜੇ ਗੱਲਬਾਤ ਕਰਨੀ ਹੋਵੇ ਪੈਸਾ ਭਾਈ ਮੇਵਾ ਸਿੰਘ ਹੋਣਾ ਬਾਰੇ, ਗ੍ਰੈਂਡ ਤਾਜ ਸਰੀ ਦਾ ਤਾਜ 84 ਤੇ 128 ਤੇ 6045-5942, ਵੱਡੀ ਪਾਰਟੀ ਕੋਈ ਛੋਟੀ ਪਾਰਟੀ, ਰਾਜਨੀਤਿਕ ਇਕੱਠ, ਪੇਂਡੂਆਂ ਦਾ ਇਕੱਠ, ਸਰੀ ਦਾ ਤਾਜ, ਗ੍ਰੈਂਡ ਤਾਜ। ਸਾਹਿਬ ਪਰਮਜੀਤ ਸਿੰਘ ਲਾਈਨ ਨੰਬਰ 2। ਪਰਮਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪਰਮਵੀਰ ਜੀ। ਹਾਂਜੀ ਗਿੱਲ ਸਾਹਿਬ, ਦੇਖੋ ਮੈਂ ਕਹਿਣਾ ਚਾਹੁੰਦਾ ਪਹਿਲਾਂ ਤੁਹਾਡਾ ਧੰਨਵਾਦ, ਥੈਂਕ ਯੂ, ਤੇ ਕਿਉਂਕਿ ਜਿਹੜੇ ਤੁਹਾਡਾ ਪ੍ਰੋਗਰਾਮ ਆ ਬਹੁਤ ਜ਼ਿਆਦਾ ਗਿਣਤੀ ਚ ਲੋਕ ਸੁਣਦੇ ਆ, ਕਈ ਨਵੇਂ ਵੀ ਸੁਣਨ ਲੱਗਦੇ ਆ, ਤੇ ਕਈਆਂ ਨੂੰ ਇਹ ਜਿਹੜਾ ਤੁਸੀਂ ਯਾਦ ਕੀਤਾ ਉਹਨਾਂ ਲੋਕਾਂ ਨੂੰ, ਤੇ ਨਹੀਂ ਤਾਂ ਹੁਣ ਤਾਂ ਆਪਣੀ ਆਪਣੀ ਦੌੜ ਹੀ ਲੱਗੀ ਹੋਈ ਆ, ਤੁਸੀਂ ਦੇਖ ਲਓ। ਪਰ ਇਹ ਕੋਈ ਨਾ ਕੋਈ ਆਰਗਨਾਈਜੇਸ਼ਨ ਦੇ ਤੌਰ ਤੇ ਇਹਨੂੰ ਆਰਗਨਾਈਜ਼ ਕਰਕੇ ਕਿਸੇ ਵੱਡੇ ਲੈਵਲ ਤੇ ਵੀ ਇਹਨੂੰ ਚੇਤੇ ਕੀਤਾ ਜਾਣਾ ਚਾਹੀਦਾ, ਜਿੱਥੇ ਵੀ ਕਮਿਊਨਿਟੀ ਆਪਣੀ ਮਤਲਬ ਹੈਗੀ ਹੈ। ਔਰ ਆਪਣੇ ਕਰਤਾਰ ਸਿੰਘ ਸਰਾਭੇ ਵਰਗੇ ਹੋ ਗਏ ਜਿਹੜੇ ਇੱਥੋਂ ਆ ਕੇ ਕੈਲੀਫੋਰਨੀਆ ਤੋਂ ਆ ਕੇ ਇੱਥੋਂ ਮੁੜ ਗਏ, ਦੇਖ ਲਓ। ਲੇਕਿਨ ਹੁਣ ਉਹ ਬੰਦਿਆਂ ਨੂੰ ਕਿਸੇ ਨੂੰ ਯਾਦ ਨੀ, ਲੇਕਿਨ ਉਹ ਭਾਈ ਮੇਵਾ ਸਿੰਘ ਵਰਗੇ ਕਿੰਨੇ ਹੋਰ ਬੰਦੇ ਆ ਜਿਹੜੇ ਨਾਲ, ਜਿਹਨਾਂ ਨੇ ਆਪਣੀ ਤਕਰੀਬਨ ਆਪਣੀ ਜਾਨ ਦਿੱਤੀ ਹੈ ਇੱਕ ਇੱਕ ਕਮਿਊਨਿਟੀ ਦੀ ਇੱਕ ਆਈਡੈਂਟੀਟੀ ਦੇ ਕਰਕੇ, ਵੀ ਅਸੀਂ ਤੁਹਾਡਾ ਧੱਕਾ ਇਹ ਜਿਹੜਾ ਕਿ ਨਹੀਂ ਝੱਲਣਾ ਨੀ ਅਸੀਂ। ਔਰ ਉਹਨਾਂ ਨੂੰ ਵੀ ਹੋ ਸਕਦਾ ਕਿਸੇ ਦਾ ਨਾਮ ਯਾਦ ਵੀ ਹੈ ਨੀ, ਸਾਨੂੰ ਯਾਦ ਤਾਂ ਜ਼ਰੂਰ ਰੱਖਣਾ ਚਾਹੀਦਾ। ਔਰ ਇਹ ਜੇ ਉਹ ਨਾ ਦੂਜਾ ਹੁਣ ਜਿਹੜੇ ਕਈ ਹੁਣ ਅਸੀਂ ਕਹਿੰਦੇ ਵੀ ਜੋ ਨਹੀਂ ਜਿਹੜੇ ਉਹਨਾਂ ਨੂੰ ਯਾਦ ਕਰਨਾ ਨਹੀਂ ਵੀ ਚਾਹੁੰਦੇ, ਅਦਰਵਾਈਜ਼ ਜੇ ਨਾ ਕਰਦੇ ਉਹਨਾਂ ਦੀ ਵੇਲਣੇ ਚ ਬਾਅਦ ਤਾਂ ਕੋਈ ਫਸੀ ਨਹੀਂ ਸੀ ਹੋਈ ਜਦੋਂ ਉਹਨਾਂ ਦੀ, ਜਿਵੇਂ ਅਸੀਂ ਹੁਣ ਸਾਨੂੰ ਦਿਹਾੜੀ ਟੁੱਟ ਜਾਵੇ ਸਾਨੂੰ ਕਹਿੰਦੇ ਜੀ ਗੇੜਾ ਮਰ ਗਿਆ, ਆਹ ਹੋ ਗਿਆ, ਦਿਹਾੜੀ ਟੁੱਟ ਗਈ, ਛੁੱਟੀਆਂ ਹੋ ਗਈਆਂ, ਮਰ ਗਏ, ਲੁੱਟ ਲਏ, ਉਹ ਵੀ ਲੋਕੀ ਐਵੇਂ ਹੀ ਪੈਸੇ ਕਮਾਉਣੇ ਆਏ ਸੀ ਇੱਥੇ, ਫੌਜ ਦੇਖਿਆ ਜਾਵੇ ਤਸੀਬਤਾਂ ਝੱਲ ਕੇ ਕੋਲੋਂ ਪੈਸੇ ਲਾ ਕੇ, ਤੇ ਹੋ ਸਕਦਾ ਕਰਤਾਰ ਸਿੰਘ ਸਰਾਭੇ ਵਰਗੇ ਜਾਂ ਹੋਰ ਜਾਂ ਭਾਈ ਮੇਵਾ ਸਿੰਘ ਵਰਗੇ ਬੰਦਿਆਂ ਦੇ ਜਦੋਂ ਦੇ ਉਹ ਆਏ ਹੋਏ ਉਹਨਾਂ ਨੇ ਹੁਣ ਤੱਕ ਵੱਡੇ ਬਿਜ਼ਨਸ ਅੰਪਾਇਰ ਹੋਣੇ ਸੀ, ਸਾਡੇ ਵਰਗੇ ਬੰਦੇ ਹੋ ਸਕਦਾ ਦਿਹਾੜੀਆਂ ਕਰਦੇ ਹੁੰਦੇ ਉਹਨਾਂ ਦੇ, ਜੇ ਉਹ ਨਾ ਇਸ ਪਾਸੇ ਨੂੰ ਤੁਰਦੇ। ਤੇ ਪਰ ਐਟਲੀਸਟ ਮਤਲਬ ਇੱਕ ਨੇਸ਼ਨ ਦੇ ਤੌਰ ਤੇ ਜੇ ਸੋਚਿਆ ਜਾਵੇ ਤਾਂ ਉਹਨਾਂ ਨੂੰ ਜੇ ਹੋਰ ਵੀ ਕੁਛ ਕਰਨੇ ਤਾਂ ਯਾਦ ਤਾਂ ਜ਼ਰੂਰ ਕੀਤਾ ਜਾ ਸਕਦਾ। ਧੰਨਵਾਦ ਗਿਲ ਸਿੰਘ। ਧੰਨਵਾਦ ਪਰਮਵੀਰ ਸਿੰਘ ਗਰੇਵਾਲ ਜੀ, ਧੰਨਵਾਦ ਬਹੁਤ ਬਹੁਤ। ਠਾਕਰ ਸਿੰਘ ਜੀ ਲਾਈਨ ਨੰਬਰ 3। ਹੈਲੋ ਜੀ, ਹਰਜੀਤ ਸਿੰਘ ਗਿੱਲ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਨੂੰ। ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ। ਦੇਖੋ ਜੀ, ਬਹੁਤ ਸਤਿਕਾਰਯੋਗ ਹੋਈਆਂ ਇਹ ਰੂਹਾਂ ਜਿਨ੍ਹਾਂ ਨੇ ਪ੍ਰਵਾਹੀ ਨੀ ਕੀਤੀ ਕੈਨੇਡਾ ਆ ਕੇ, ਜਿਵੇਂ ਹੁਣ ਕਿਵੇਂ ਸਾਰੇ ਇੱਥੇ ਕਮਾਉਣ ਆਏ, ਤੇ ਇਹਨਾਂ ਨੇ ਜ਼ਿੰਦਗੀ ਦੀ ਪ੍ਰਵਾਹ ਨਾ ਪਰਿਵਾਰ ਦੀ ਪ੍ਰਵਾਹ ਕੀਤੀ ਆ। ਤੇ ਗਿੱਲ ਸਾਹਿਬ, ਮੇਰੇ ਕੋਲ ਕਿਤਾਬਾਂ ਹੈਗੀਆਂ, ਮੈਂ ਕਿਤਾਬਾਂ ਪੜ੍ਹਦਾ, ਕਈ ਇੱਥੋਂ ਸਿੰਘ ਮੁੜ ਵੀ ਗਏ ਉੱਧਰ ਆਜ਼ਾਦੀ ਵਾਸਤੇ, ਘਰ ਵੀ ਛੱਡ ਗਏ ਤੇ ਫਾਰਮ ਵੀ ਛੱਡ ਗਏ, ਕਹਿੰਦੇ ਜੇ ਆ ਗਏ ਤਾਂ ਸਾਂਭ ਲਾਂਗੇ, ਨਹੀਂ ਦੇਖੀ ਜਾਓ ਜਿਵੇਂ ਮਰਜ਼ੀ ਹੋਵੇ। ਤੇ ਉੱਥੇ ਜਾ ਕੇ ਆਜ਼ਾਦੀ ਦੀਆਂ ਲੜਾਈਆਂ ਲੜੀਆਂ, ਤੇ ਹੁਣ ਘੱਟੋ ਘੱਟ ਆਪਾਂ ਇੱਕ ਦਿਨ ਤਾਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ, ਕਰਨਾ ਚਾਹੀਦਾ। ਤੇ ਕਿਤਾਬਾਂ ਹਰੇਕ ਘਰੇ ਹੋਣੀਆਂ ਚਾਹੀਦੀਆਂ ਜੀ, ਤੇ ਮੈਂ ਤਾਂ ਬੱਚਿਆਂ ਨੂੰ ਵੀ ਬਹੁਤ ਗਾਂ ਦੱਸਦਾ, ਤੇ ਉਹ ਵੀ ਕਾਫੀ ਟ੍ਰੇਨਡ ਹੋਏ ਹੋਏ ਆ ਬੱਚਿਆਂ। ਵੱਡਾ ਮੇਰਾ ਬੱਚਾ ਹੈਗਾ 32 ਸਾਲ ਦਾ, ਤੇ ਉਦੂ ਛੋਟਾ 40, ਵੱਡਾ 40 ਸਾਲ ਦਾ, 32 ਸਾਲ ਦਾ, ਸਾਰਾ ਕੁਛ ਦੱਸਿਆ ਜੀ ਇਹਨਾਂ ਨੂੰ, 84 ਵਾਲਾ ਪਹਿਲਾਂ, 47 ਵਾਲਾ। ਕਿਤਾਬਾਂ ਗੱਲ ਸਾਹਿਬ, ਬੇਨਤੀ ਆ ਮੇਰੀ ਤਾਂ ਸਾਰਿਆਂ ਨੂੰ, ਕਿਤਾਬਾਂ ਰੱਖੋ ਘਰੇ ਲਿਆ ਕੇ, ਤੇ ਤੁਹਾਡਾ ਬਹੁਤ ਧੰਨਵਾਦ। ਤੇ ਬਸ ਤੁਸੀਂ ਇਸ ਤਰ੍ਹਾਂ ਜਾਈ ਜਾਓ ਤੇ ਅਸੀਂ ਸੁਣੀ ਚੱਲਾਂਗੇ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਧਾਲੀਵਾਲ ਸਾਹਿਬ। ਕਰਨਜੀਤ ਲਾਈਨ ਨੰਬਰ 4। ਹੈਲੋ, ਹਾਂਜੀ ਗੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ, ਡਾਕਟਰ ਸਾਹਿਬ। ਹਾਂਜੀ ਹਾਂਜੀ ਹਾਂਜੀ, ਪਰਮਜੀਤ ਸਿੰਘ ਜੀ।
ਗਿੱਲ ਸਾਹਿਬ ਬਿਲਕੁਲ ਤੁਹਾਡਾ ਬਹੁਤ ਧੰਨਵਾਦ ਤੇ ਇਹ ਨਾ ਮਤਲਬ ਕਈ ਗੱਲਾਂ ਢੁਕਦੀਆਂ ਜਿਵੇਂ ਕਹਿੰਦੇ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਲੋਲਾਂ ਕਰਦੇ ਆ ਆਪਾਂ ਆਪਾਂ ਨੂੰ ਇਹ ਨੀ ਪਤਾ ਵੀ ਆਪਾਂ ਹੁਣ ਇੱਥੇ ਆਪਣਾ ਬੱਚੇ ਯੂਨੀਵਰਸਿਟੀ ਚ ਪੜ੍ਹਾ ਰਹੇ ਆ ਪੰਜਾਬੀ ਸਕੂਲਾਂ ਚ ਆਪਣੇ ਬੱਚੇ ਪੜ੍ਹ ਰਹੇ ਆ ਜਾਂ ਪੜ੍ਹਾਉਣੇ ਚਾਹੀਦੇ ਆ ਜੇ ਹੋਈ ਆ ਤਾਂ ਤੇ ਇਹ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਇਹਦੇ ਪਿੱਛੇ ਕੁਰਬਾਨੀਆਂ ਕਿਹਦੀਆਂ ਹੈਗੀਆਂ ਨਾ ਤੇ ਆਪਾਂ ਬਿਲਕੁਲ ਹੀ ਭੁੱਲ ਜਾਂਦੇ ਹਾਂ ਵੀ ਅਸੀਂ ਤਾਂ ਬਸ ਸਾਡਾ ਦੇਸ਼ ਤਾਂ ਜੀ ਆਜ਼ਾਦ ਹੋ ਗਿਆ ਸੀ ਵੀ ਪਤਾ ਨੀ ਉਹ ਜਿਹਨਾਂ ਨੇ ਆਜ਼ਾਦੀ ਚ ਕੋਈ ਇੱਕ ਤਿੰਨ ਵੀ ਜਿਹਨਾਂ ਦਾ ਨੀਗਾ ਮਤਲਬ ਕੋਈ ਹਿੱਸਾ ਉਹ ਉਲਟਾ ਗਦਾਰੀਆਂ ਕਰਦੇ ਰਹੇ ਆ ਵੀਰ ਸਾਵਰਕਰ ਵਰਗੇ ਉਹ ਤਾਂ ਮਤਲਬ ਦੇਸ਼ ਭਗਤੀ ਦਾ ਪਾਠ ਸਾਨੂੰ ਪੜ੍ਹਾ ਰਹੇ ਵੀ ਪੰਜਾਬੀ ਦੇਸ਼ ਭਗਤ ਨਹੀਂ ਗੇ ਇੱਥੇ ਵੀ ਕਈ ਰੇਡੀਓ ਤੇ ਸੁਣਿਆ ਜਾ ਰਿਹਾ ਤੁਸੀਂ ਸੁਣ ਸਕਦੇ ਹੋਵੋਗੇ ਸਾਨੂੰ ਸਿਖਾਉਂਦੇ ਤੇ ਗਿੱਲ ਸਾਹਿਬ ਪਿਛਲੇ ਸਾਲ ਤੁਹਾਨੂੰ ਯਾਦ ਹੋਊਗਾ ਪਿਛਲੇ ਜਾਂ ਉਦੋਂ ਪਿਛਲੇ ਚੱਕ ਮਾਇਰ ਆ ਆਪਣੇ ਦੇ ਸਿਟੀ ਕੌਂਸਲ ਦੇ ਨਿਊ ਵੈਸਟ ਸਿਟੀ ਕੌਂਸਲ ਦੇ ਤੇ ਉਹਨਾਂ ਨੇ ਮਤਾ ਪਾਇਆ ਸਾਡੇ ਆਪਣੇ ਹੈਗੇ ਆ ਜਿਹੜੇ ਮੁੱਖ ਸੇਵਾਦਾਰ ਆ ਸਾਡੇ ਆਪਣੇ ਸੁਖ ਸਾਗਰ ਵਾਲੇ ਅਟਵਾਲ ਸਾਹਿਬ ਹਰਭਜਨ ਸਿੰਘ ਜੀ ਅਟਵਾਲ ਤੇ ਆਪਣੇ ਹੋਸਟ ਹੈ ਚੱਕ ਗੁਰਪ੍ਰੀਤ ਸਿੰਘ ਉਹਨਾਂ ਨੇ ਵੀ ਕਾਫੀ ਜ਼ੋਰ ਲਾ ਕੇ ਮਤਲਬ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਉਹਨਾਂ ਨੂੰ ਮਤਲਬ ਹਿਸਟਰੀ ਪੜ੍ਹਾ ਕੇ ਹਨਾ ਤੇ ਉਹ ਜਿਹੜੇ ਚੱਕ ਹੈਗਾ ਚੱਕ ਮਾਇਰ ਆ ਜਿਹੜਾ ਸਾਡਾ ਕੌਂਸਲਰ ਆ ਉਹ ਬਹੁਤ ਵਧੀਆ ਕੰਮ ਕਰ ਰਿਹਾ ਉਹਨੇ ਮਤਲਬ ਇਹ ਕਿੱਥੇ ਤਾਂ ਅੱਤਵਾਦੀ ਕਹਿੰਦੇ ਲੋਕ ਵੀ ਉਹਨੇ ਆਪਣਾ ਗੱਡੀ ਚੜਾਇਆ ਸੀਗਾ ਹੌਪਕਿਨਸਨ ਤੇ ਉਹ ਅੱਤਵਾਦੀ ਤੋਂ ਸ਼ਬਦ ਲਾ ਕੇ ਉਹ ਸ਼ਹੀਦ ਦਾ ਦਰਜਾ ਕਰਾਰ ਦਿੱਤਾ ਨਿਊ ਵੈਸਟ ਆਪਣੀ ਜਿਹੜੀ ਸਿਟੀ ਕੌਂਸਲ ਹੈ ਤੇ ਇਹਨੇ ਦੂਜੀਆਂ ਸਾਡੀਆਂ ਕੌਂਸਲਾਂ ਨੂੰ ਵੀ ਇਵੇਂ ਹੀ ਕਰਨਾ ਚਾਹੀਦਾ ਉਹਨਾਂ ਦੇ ਜਿਵੇਂ ਸਰੀ ਕੌਂਸਲ ਹੋਈ ਜਿੱਥੇ ਸਾਡੇ ਕੌਂਸਲ ਮੈਂਬਰ ਹੈ ਵੈਨਕੂਵਰ ਹੈ ਜਾਂ ਬਰਨ ਵੀ ਹੈ ਤੇ ਇਵੇਂ ਜਿਵੇਂ ਕਿਸਾਨਾਂ ਦੇ ਮੋਰਚੇ ਨੂੰ ਵੀ ਇਹਨਾਂ ਨੇ ਮਤਲਬ ਵੱਧ ਚੜ ਕੇ ਬਹੁਤ ਕੌਂਸਲਾਂ ਨੇ ਬਹੁਤ ਪਾਰਲੀਮੈਂਟਾਂ ਨੇ ਮਤਲਬ ਰੈਕੋਗਨਾਈਜ਼ ਕੀਤਾ ਸੀ ਵੀ ਧੱਕਾ ਹੋ ਰਿਹਾ ਬਿਲਕੁਲ ਸਾਨੂੰ ਬੋਲਣਾ ਚਾਹੀਦਾ ਸਾਨੂੰ ਚੁੱਪ ਕਰਕੇ ਨੀ ਬੈਠ ਜਾਣੀ ਚਾਹੀਦਾ ਵੀ ਅਸੀਂ ਤਾਂ ਮੌਜ ਨਾਲ ਕੈਨੇਡਾ ਆ ਕੇ ਤੇ ਆਪਦੇ ਡਾਲਰ ਬਣਾਓ ਤੇ ਘਰ ਖਰੀਦੋ ਤੇ ਪੈਸੇ ਬਣਾਓ ਤਾਂ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਬਹੁਤ ਸੁਖੀ ਜੀ ਤੁਸੀਂ ਏਅਰ ਤੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਜੀ ਜਿਹੜੇ ਸਾਡੇ ਵਰਗੇ ਬੰਦੇ ਵਿਸਰ ਜਾਂਦੇ ਆ ਜਾਂ ਭੁੱਲ ਜਾਂਦੇ ਆ ਤੇ ਉਹਨਾਂ ਨੂੰ ਵੀ ਯਾਦ ਕਰਾਉਂਦੇ ਰਹਿੰਦੇ ਹੋ ਜਿਹਨਾਂ ਦੀ ਬਦੌਲਤ ਜਿਹਨਾਂ ਸੂਰਵੀਰਾਂ ਦੀ ਬਦੌਲਤ ਅਸੀਂ ਇਸ ਘਰ ਤੇ ਬੈਠੇ ਹੈਗੇ ਆ ਜਿਸ ਤਰ੍ਹਾਂ ਭਾਈ ਸਾਹਿਬ ਪਹਿਲਾਂ ਕਹਿ ਗਿਆ ਕਿ ਉਹਨਾਂ ਵੀ ਕੰਮ ਹੀ ਕਰਨ ਆਏ ਸੀ ਉਹਨਾਂ ਨੂੰ ਕੋਈ ਲੋੜ ਨਹੀਂ ਸੀਗੀ ਠੀਕ ਹੈ ਨਾ ਪਰ ਫਿਰ ਵੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਜਿਹਨਾਂ ਦੀ ਅਸੀਂ ਅੱਜ ਸ਼ਾਮ ਮਾਨ ਹੈਗੇ ਆ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਹਮੇਸ਼ਾ ਉਹਨਾਂ ਨੂੰ ਯਾਦ ਰੱਖੀਏ ਉਹਨਾਂ ਦੇ ਦਿਨ ਆਪਣੇ ਗੁਰੂ ਘਰਾਂ ਦੇ ਵਿੱਚ ਤਾਂ ਡੈਫੀਨੇਟਲੀ ਜ਼ਰੂਰ ਮਨਾਈਏ ਜੀ ਬਾਕੀ ਜਿਹੜੇ ਸਾਡੇ ਲੀਡਰ ਸਾਡੇ ਕੌਂਸਲਰ ਐਮ ਪੀ ਵੀ ਬਣੇ ਬੈਠੇ ਆ ਉਹਨਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਕਿ ਉਹਨਾਂ ਦੀ ਬਦੌਲਤੀ ਆ ਜੋ ਐਮ ਪੀ ਬੈਠੇ ਹੈਗੇ ਆ ਉਹਨਾਂ ਦਾ ਫਰਜ਼ ਵੀ ਜ਼ਿਆਦਾ ਬਣ ਜਾਂਦਾ ਹੈਗਾ ਉਹਨਾਂ ਮਹਾਨ ਯੋਧਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਵੇ ਜੀ ਥੈਂਕ ਯੂ ਜੀ ਬਿਲਕੁਲ ਜੀ ਧੰਨਵਾਦ ਬਹੁਤ ਬਹੁਤ ਸਾਹਿਬ ਬਲਦੇਵ ਸਿੰਘ ਲਾਈਨ ਨੰਬਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਸਾਡੀ ਜਿਹੜੀ ਕੌਮ ਹੈ ਨਾ ਉਹਦੇ ਹਿੱਸੇ ਕੁਰਬਾਨੀਆਂ ਬਹੁਤ ਆਈਆਂ ਨੇ ਔਰ ਅਸੀਂ ਰੱਜ ਰੱਜ ਕੁਰਬਾਨੀਆਂ ਦਿੱਤੀਆਂ ਵੀ ਨੇ ਇੱਥੇ ਕੈਨੇਡਾ ਦੀ ਹਿਸਟਰੀ ਚ ਦੇਖ ਲਓ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਵਿੱਚ ਵੀ ਆਪਣੇ ਗਦਾਰ ਵੀ ਬਹੁਤ ਨੇ ਔਰ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਅਸੀਂ ਗਦਾਰਾਂ ਨੂੰ ਪਛਾਣਨ ਤੋਂ ਬਗੈਰ ਹੀ ਅੱਗੇ ਲਾ ਲੈਂਦੇ ਹਾਂ ਉਹਨਾਂ ਨੂੰ ਬਣਾ ਲੈਂਦੇ ਹਾਂ ਲੀਡਰ ਤੇ ਫਿਰ ਸਾਡਾ ਹੁੰਦਾ ਨੁਕਸਾਨ ਕੌਮ ਦਾ ਰੱਜ ਕੇ ਹਾਂਜੀ ਹੁਣ ਦੇਖੋ ਜੀ ਕਾਮਾ ਗਾਟਾ ਮਾਰੂ ਦੇ ਟਾਈਮ ਤੇ ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹਾਂਜੀ ਹੁਣ ਇਕਨੋਮਿਕ ਤੌਰ ਤੇ ਗੁਰਦਿੱਤ ਸਿੰਘ ਹੋਰਾਂ ਨੇ ਜੋ ਕੀਤਾ ਸੀਗਾ ਆਈਲੈਂਡ ਦੇ ਉੱਤੇ ਉਹ ਪਾਲਦੀ ਪਿੰਡ ਬਣਾਇਆ ਇਹ ਕੀਤਾ ਉਹ ਵੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਹਾਂਜੀ ਅਸੀਂ ਸਭ ਕੁਛ ਕਰਨ ਤੋਂ ਗਦਰ ਪਾਰਟੀ ਇੱਥੋਂ ਤੇ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋਈ ਹੈ ਔਰ ਉਹਦੇ ਚ 90% ਆਪਣੇ ਨੌਜਵਾਨ ਜਿਨ੍ਹਾਂ ਨੇ ਸ਼ੁਰੂ ਕਰਵਾਈ ਆ ਹਾਂਜੀ ਇਹਨੂੰ ਤੁਸੀਂ ਜਿੱਧਰ ਨੂੰ ਮਰਜ਼ੀ ਲੈ ਜਾਓ ਆਜ਼ਾਦ ਹਿੰਦ ਫੌਜ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਆਪਣੇ ਲੋਕਾਂ ਦੀਆਂ ਸੀਗੀਆਂ ਪੰਜਾਬੀਆਂ ਦੀਆਂ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਕੌਮਾਂ ਜਿਹੜੀਆਂ ਸੀ ਉਹਨਾਂ ਨੇ ਹਿੱਸਾ ਨਹੀਂ ਪਾਇਆ ਲੇਕਿਨ ਸਾਡਾ ਜਿਹੜਾ ਨਾ ਇੰਨੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਐਂਡ ਰਿਜ਼ਲਟ ਸਾਡਾ ਇਹੀ ਹੁੰਦਾ ਕਿ ਸਾਨੂੰ ਫਲ ਸਭ ਤੋਂ ਘੱਟ ਮਿਲਿਆ ਹੁਣ ਤੱਕ ਔਰ ਉਹਦਾ ਮੇਨ ਕਾਰਨ ਇਹ ਆ ਕਿ ਜਿਹੜੇ ਤਿੰਨ ਹਿੱਸੇ ਸਾਡੇ ਜਿਹੜਾ ਸਾਡਾ ਪੋਲੀਟੀਕਲ ਵਿੰਗ ਹੈ ਨਾ ਸਾਡੀ ਕੌਮ ਦਾ ਪੋਲੀਟੀਕਲ ਵਿੰਗ ਉਹਦੇ ਚ ਬਹੁਤ ਜ਼ਿਆਦਾ ਕਮਜ਼ੋਰੀਆਂ ਨੇ ਔਰ ਸੈਲਫਿਸ਼ਨੈਸ ਹੈ ਬਸ ਇੰਨੀ ਗੱਲ ਹੀ ਕਹਿਣੀ ਜੀ ਮੈਂ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ
ਕੁਲਦੀਪ ਸਿੰਘ ਜੀ ਲਾਈਨ ਨੰਬਰ 3। ਵਾਹਿਗੁਰੂ ਜੀ, ਕਲਮ ਨੇ ਜੋ ਲਿਖੇ ਅੱਖਰ ਤੁਹਾਡੇ ਨਾਮ ਕਰਦਾ, ਸਿੱਧੂ ਸੂਰੀ ਜਾਤ ਨੂੰ ਸਲਾਮ ਕਰਦਾ ਹਾਂ। ਗਿੱਲ ਸਾਹਿਬ ਆਪ ਜੀ ਨੂੰ ਤੇ ਆਪ ਜੀ ਦੇ ਸਰੋਤਾਂ ਪਿਆਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਹੁਤ ਧੰਨਵਾਦ ਅਦਾਰੇ ਦਾ, ਕਿਉਂਕਿ ਅਦਾਰੇ ਦਾ ਵੀ ਨਾਲ ਸਹਿਯੋਗ ਹੋਣਾ ਚਾਹੀਦਾ ਜਦੋਂ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਸੱਚੀਆਂ ਸੁੱਚੀਆਂ। ਤੇ ਇਹਨਾਂ ਨੇ ਜੋ ਕੀਤਾ ਸਾਡੇ ਕੈਨੇਡਾ ਵਾਸਤੇ, ਸਾਡੇ ਵਾਸਤੇ, ਗੁਰੂਆਂ ਤੋਂ ਬਾਅਦ ਇਹਨਾਂ ਨੇ ਸਾਡਾ ਸਿਰ ਤੇ ਹੱਥ ਰੱਖਿਆ ਕਹਿ ਲਓ, ਜਾਂ ਸਾਨੂੰ ਜਿਉਂਦੇ ਰੱਖਿਆ ਕਹਿ ਲਓ। ਧੰਨਵਾਦ ਆ ਜੀ, ਸ਼ੁਕਰੀਆ। ਇਹਦੇ ਨਾਲ ਹੀ ਇਹਨਾਂ ਨੇ ਲੋਕਾਂ ਨੇ ਵੀ, ਸੁਖਵੰਤ ਸਿੰਘ ਖਾਲੜਾ ਵਰਗੇ ਵੀ ਇੱਥੇ ਆਏ ਸੀ, ਉਹ ਵੀ ਮੁੜਕੇ, ਉਹਨਾਂ ਨੂੰ ਪਤਾ ਸੀ ਸਾਨੂੰ ਸ਼ਹੀਦ ਕਰ ਦੇਣਾ, ਉਹ ਵੀ ਇਹਨਾਂ ਦੀਆਂ ਯਾਦਾਂ ਨੂੰ, ਇਹਨਾਂ ਦੇ ਜਰਸੇ ਨੂੰ ਯਾਦ ਕਰਦੇ ਹੋਏ ਸ਼ਾਹ ਮੁੜਕੇ ਆਪਦੀਆਂ ਸ਼ਹੀਦੀਆਂ ਪਾਈਆਂ। ਧੰਨਵਾਦ ਜੀ। ਗੁਰਮੀਤ ਕੜਿਆਲ ਵੀ ਹੋੜਾਂ ਦੀ ਇੱਕ ਕਹਾਣੀ ਤੁਹਾਨੂੰ ਸੁਣਾਉਂਦਾ ਅੱਜ ਮੈਂ। ਉਹਨਾਂ ਦੀ ਨਵੀਂ ਕਿਤਾਬ ਆਈ ਹੈ ਜਿਹੜੀ, ਹਾਰੀ ਨਾ ਬਚਨੇ, ਉਹਦੇ ਵਿੱਚੋਂ ਕਮੀਨਾ ਵਿਆਹੀ ਵਰੀ ਇੱਕ ਬੱਚੇ ਦੀ ਮਾਂ ਪ੍ਰੇਮੀ ਨਾਲ ਫਰਾਰ, ਅਖਬਾਰ ਦੇ ਤੀਸਰੇ ਪੰਨੇ ਤੇ ਲੱਗੀ ਏ ਕਾਲਮੀ ਖਬਰ ਤੇ ਨਜ਼ਰ ਜਾਂਦਾ, ਇਕਦਮ ਮੈਨੂੰ ਗਰਮੀ ਆਉਂਦੀ। ਕਈ ਵਾਰ ਜੀ ਕਰਦਾ ਇਹਨੂੰ ਅਖਬਾਰ ਨੂੰ ਡਸਟਬਿਨ ਸਿੱਟਾਂ, ਫਿਰ ਸਾਹ ਭਰਦਾ ਬਈ ਯਾਰ ਜਦ ਹੁਣ ਮੈਂ ਸੈਮੀਨਾਰ ਤੋਂ ਜਾਵਾਂ, ਕਿਤੇ ਘਰੇ ਦਰਵਾਜ਼ਾ ਚੌੜ ਚਪੱਟੇ ਨਾ ਮਿਲੇ ਤੇ ਸੇਫ ਖੁੱਲੀ ਤੇ ਗਹਿਣੇ ਗੱਟੇ ਗਾਇਬ ਹੋਣ, 10 ਵਜੇ ਘਰੇ ਆਉਣਾ। ਕਈ ਵਾਰ ਮਨ ਚ ਸੋਚਦਾ ਬਈ ਕੀ ਹੋਊ, ਪਰ ਇਸ ਤਰ੍ਹਾਂ ਨਹੀਂ। ਕਈ ਵਾਰ ਬਾਹਰ ਗਿਆ ਸੈਮੀਨਾਰ ਤੇ ਰਾਤ ਨੂੰ 10 ਵਜੇ ਫੋਨ ਮਿਲਾਉਣਾ, ਰਿੰਗ ਪੂਰੀ ਨਹੀਂ ਹੁੰਦੀ, ਫੋਨ ਜਰਾ ਠਾਇਆ ਜਾਂਦਾ। ਕੀ ਕਰਦੀ ਹੈ? ਪੜ੍ਹ ਰਹੀ ਹਾਂ। ਕੀ ਪੜ੍ਹਦੀ ਸੀ? ਬੋਰਿਸ ਪੋਲਵਾਈ ਦੀ ਅਸਲੀ ਇਨਸਾਨ ਦੀ ਕਹਾਣੀ। ਸਮੀਤ ਕੀ ਕਰਦਾ? ਕਰਨਾ ਕੀ ਹੈ, ਸੌਂ ਗਿਆ ਜਦੋਂ ਪਾਪਾ ਪਾਪਾ ਕਰਦਾ। ਮੇਰੀ ਗੱਲ ਕਰਾ ਸਮੀਤ ਨਾਲ। ਸੁੱਤੀ ਸੁੱਤਾ ਪਿਆ ਗੂੜੀ ਨੀਂਦੇ, ਸਵੇਰੇ ਸਾਜਰੇ ਜਾਗਣਾ, 6:30 ਤੇ ਸਕੂਲ ਦੀ ਵੈਨ ਆਉਂਦੀ ਹੈ, ਰਹਿਣ ਦੋ ਹੁਣ ਸੁੱਤਾ ਪਿਆ। ਨਾ ਨਾ ਨਾ, ਤੂੰ ਮੇਰੀ ਗੱਲ ਕਰਾ ਸਮੀਤ ਨਾਲ। ਸੌਣ ਲੈਣ ਦਿਓ ਜਵਾਕ ਨੂੰ, ਕਿਉਂ ਅੱਧੀ ਰਾਤ ਹੁਣ ਉਠਾਲਣਾ? ਗੱਲ ਨੀ ਕਰਾ ਸਕਦੀ, ਕੋਈ ਪ੍ਰੋਬਲਮ ਹੈ ਜਾਂ ਜਗਾਉਣਾ ਨੀ ਚਾਹੁੰਦੀ? ਅਸੀਂ ਉੱਚੀ ਬੋਲਿਆ ਜਾਂਦਾ, ਮੈਂ ਮੇਜ਼ ਤੇ ਮੁੱਕਾ ਵੀ ਮਾਰਦਾ। ਟੇਬਲ ਤੇ ਪਿਆ ਕੱਚ ਦਾ ਗਲਾਸ ਫਰਸ਼ ਤੇ ਜਾ ਡਿੱਗਦਾ, ਗਲਾਸ ਟੁੱਟਣ ਦੀ ਆਵਾਜ਼ ਫੋਨ ਰਾਹੀਂ ਜਾਂਦੀ ਹੈ। ਜਸ ਜਸ ਜਸ, ਹੋਲਡ ਆਨ, ਉਹ ਡਰਦੀ ਹੈ। ਸਮੀਤ ਨੂੰ ਜਗਾਉਣ ਦੀ ਕੋਸ਼ਿਸ਼ ਕਰਦੀ, ਆਵਾਜ਼ਾਂ ਸੁਣਾਈ ਦਿੰਦੀਆਂ। ਜਵਾਕ ਕਰਦਾ, ਉੱਠਦਾ ਨੀ, ਸੁੱਤੇ ਪਿਆ ਜਵਾਕ ਨੂੰ। ਮੈਨੂੰ ਇਹ ਸੀ ਵੀ ਸਮੀਤ ਜਾਗੇ ਤੇ ਮੈਂ ਉਹਨੂੰ ਇਹ ਪੁੱਛਣਾ ਵੀ ਫੋਨ ਕਿਹਦਾ ਆਇਆ ਸੀ, ਜਾਂ ਮੈਂ ਘਰੇ ਹੁੰਦਾ, ਇੱਧਰ ਉੱਧਰ ਘਰ ਵਾਲੀ ਜਾਂਦੀ ਆ ਨੀਲੂ, ਤਾਂ ਮੈਂ ਉਹਨੂੰ ਪੁੱਛਿਆ ਸਮੀਤ ਬੇਟੇ ਅੰਕਲ ਆਏ ਸੀ? ਕਿਹੜੇ ਅੰਕਲ? ਸਮੀਤ ਮੈਨੂੰ ਪੁੱਛਦਾ, ਸੁਨੀਲ ਅੰਕਲ ਆਏ ਸੀ? ਨੋ। ਸਮੀਤ ਕਿੰਨਾ ਚਿਰ ਆਪਣਾ ਗੋਬਲਾ ਜਿਹਾ ਸਿਰ ਸੱਜੇ ਖੱਬੇ ਹਿਲਾਉਂਦਾ, ਬੇਟੇ ਮੇਰੇ ਬਾਅਦ ਕੋਈ ਆਇਆ ਸੀ, ਕੋਈ ਚੀਜ਼ੀ ਲੈ ਕੇ, ਜਿਵੇਂ ਤੇਰੇ ਮਾਮਾ ਜੀ ਆਉਂਦੇ ਹੁੰਦੇ, ਐਂ ਕਦੇ ਕੋਈ ਆਇਆ ਸੀ? ਹੈਂ, ਹਾਂ ਯਾਦ ਆਇਆ, ਨਿਰਮਲ ਆਂਟੀ ਆਏ ਸੀ। ਰਸੋਈ ਚ ਮੈਂ ਖਾਣ ਪੀਣ ਦਾ ਸਮਾਨ ਲੈ ਕੇ ਜਾ ਗਈ ਨੀਲੂ ਨੂੰ, ਸਮੀਤ ਦਾ ਜਵਾਬ ਸੁਣਾਉਂਦਾ, ਕੋਈ ਹੋਰ ਇੱਥੇ ਹੈ ਆਉਣ ਵਾਲਾ? ਨਿਰਮਲੇ ਆਉਂਦੀ ਆ ਵਿਚਾਰੀ ਆਥਣ ਸਵੇਰੇ, ਬੜੀ ਔਖ ਚੱਲਦੀ ਹੈ। ਨੀਲੂ ਭਰਵੱਟੇ ਉੱਪਰ ਨੂੰ ਚੜਾਉਂਦੀ, ਮੈਨੂੰ ਪਤਾ ਨੀਲੂ ਉਹਦੇ ਆਉਣ ਤੇ ਔਖੀ ਮਹਿਸੂਸ ਕਰਦੀ ਹੈ, ਉਹਨੇ ਅੱਜ ਤੱਕ ਨਿਰਮਲ ਨੂੰ ਕਦੇ ਮਹਿਸੂਸ ਨਹੀਂ ਹੁੰਦਾ, ਜਦੋਂ ਆਨੇ ਬਹਾਨੇ ਗੇੜਾ ਮਾਰ ਕੇ ਚਲੀ ਜਾਂਦੀ ਹੈ ਉਹਦੇ ਜਾਣ ਤੋਂ ਬਾਅਦ। ਨੀਲੂ ਕਈ ਵਾਰ ਹੱਸਦੀ ਕਹਿੰਦੀ, ਇਹਨੂੰ ਤਾਂ ਘਰ ਜਾ ਕੇ ਤੁਸੀਂ ਦਰਸ਼ਨ ਦੇ ਆਇਆ ਕਰੋ, ਐਵੇਂ ਔਖੀ ਹੁੰਦੀ ਰਹਿੰਦੀ ਆ ਵਿਚਾਰੀ, ਪਤਾ ਨੀ ਕੀ 100 ਝੂਠ ਮਾਰਨਾ ਪੈਂਦਾ ਆਉਣ। ਉਹ ਐਵੇਂ ਨੀ ਖਾ ਮਖਾ ਕਿਸੇ ਤੇ ਮੂੰਹ ਜਲਾਈ ਦੀ, ਤੂੰ ਵਿਚਾਰੀ ਤੇ ਸ਼ੱਕ ਕਰੀ ਜਾਂਦੀਆਂ ਨਜਾਇਜ਼ ਜੀ। ਕਹਿ ਤਾਂ ਦਿੰਦਾ, ਫਿਰ ਮੈਂ ਸੋਚਦਾ ਤੇ ਮੇਰਾ ਚਿਹਰਾ ਬਦਲਦੇ, ਮੈਨੂੰ ਇਉਂ ਲੱਗਦਾ ਵੀ ਉਹ ਮੈਨੂੰ ਕਹਿ ਰਹੇ ਹੋ ਵੀ ਤੁਹਾਡੇ ਗੱਲੋਂ ਮੂੰਹੋਂ ਇਹ ਗੱਲ ਸੋਭਾ ਨਹੀਂ। ਆ ਸੈਮੀਨਾਰ ਤਾਂ ਨਾ ਮੈਨੂੰ ਸੌਕਣ ਵਰਗੇ ਲੱਗਦਾ, ਤੀਜੇ ਦਿਨ ਸਮਾਨ ਚੁੱਕ ਕੇ ਤੁਰ ਜਾਂਦੇ ਤੁਸੀਂ ਨੀਲੂ, ਆਖਰ ਕਹਿੰਦੀ। ਸੈਮੀਨਾਰਾਂ ਤੇ ਮੈਨੂੰ ਦੂਰ ਦੂਰ ਜਾਣਾ ਪੈਂਦਾ, ਕਈ ਵਾਰ ਦੇਸ਼ ਤੋਂ ਬਾਹਰ ਵੀ। ਹਰ ਜਗ੍ਹਾ ਮੇਰੇ ਲਿਖੇ ਪੇਪਰ ਦੀ ਖਾਸ ਮਹੱਤਤਾ ਹੁੰਦੀ, ਸਹੀ ਮਾਇਨੇ ਚ ਘਰ ਦਾ ਟਿਕਣਾ ਹੀ ਨਾ ਮਿਲ, ਇੱਕ ਪੈਰ ਕਰੇ ਦੂਜਾ ਸਫ਼ਰ। ਜੇ ਸੋਮਵਾਰ ਨੀਲੂ ਦੇ ਹੱਥਾਂ ਦੀ ਪੱਕੀ ਰੋਟੀ ਖਾਧੀ ਤਾਂ ਮੰਗਲਵਾਰ ਦਾ ਨਾਸ਼ਤਾ ਦੂਰ ਸ਼ਹਿਰ ਦੇ ਕਿਸੇ ਰੈਸਟੋਰੈਂਟ ਚ ਉੱਡਿਆ ਫਿਰਦਾ। ਛੱਡੋ ਖਹਿੜਾ ਹੁਣ ਸੈਮੀਨਾਰ ਸੁਮਨਾਰਾਂ ਦਾ, ਕੀ ਪਿਆ ਪੇਪਰ ਪ੍ਰੈਜੈਂਟੇਸ਼ਨਾਂ ਦੇ ਵਿੱਚ, ਬਥੇਰੀ ਦੁਨੀਆ ਗਾਹਲੀ, ਬੱਲੇ ਬੱਲੇ ਬਹੁਤ ਹੋ ਗਈ, ਹੈਡ ਆਫ ਦੀ ਡਿਪਾਰਟਮੈਂਟ ਤੁਸੀਂ ਬਣ ਗਏ,
ਉਹ ਦੋ ਚਾਰ ਸਾਲ ਨੂੰ ਪ੍ਰਿੰਸੀਪਲ ਬਣ ਜਾਣਾ, ਅੱਗੇ ਡਾਇਰੈਕਟਰ ਤੱਕ ਜਾ ਸਕਦੇ, ਹੋਰ ਕੀ ਭਾਲਦੇ ਹੋ? ਹਰ ਰੋਜ਼ ਦੀ ਮੁਸਾਫਰੀ ਬਹੁਤ ਚਿਰ ਗਾ, ਛੱਡੋ ਹੁਣ ਨੱਠ ਭੱਜ, ਨੀਲੂ ਕਹਿੰਦੀ। ਐ ਕਿਵੇਂ ਛੱਡਦੇ ਆ ਡਾਕਟਰ ਅਰੀਤ ਦੀ ਜੀ, ਕੋਈ ਵੈਲਿਊ ਹੈ? ਪੇਪਰਾਂ ਕਰਕੇ ਹੀ ਹੈ, ਦੁਨੀਆਂ ਦੇ ਅਕੈਡਮਿਕ ਸਫੀਅਰ ਦੇ ਵਿੱਚ ਅਮੀਰ ਗੱਲ ਬਣੀ ਹੋਈ ਹੈ ਡਾਕਟਰ ਅਰੀਤ ਦੀ। ਚਾਹੁੰਦੀ ਆ ਮੈਂ ਘਰੇ ਕੈਦ ਹੋ ਜਾਵਾਂ, ਇੱਕ ਜਗ੍ਹਾ ਹੀ ਬਹਿ ਜਾਵਾਂ ਸਿਰਫ ਤੇਰੇ ਦੁਆਲੇ? ਨੋ, ਇਟਸ ਨਾਟ ਪੋਸੀਬਲ। ਔਰਤ ਅਰੀਤ ਲਈ ਮੌਤ ਸਮਾਨ ਹੋ, ਲੰਮਾ ਚੌੜਾ ਮੈਂ ਭਾਸ਼ਣ ਦੇ, ਕੀ ਤੂੰ ਚਾਹੁੰਦੀ ਆ ਮੈਂ ਸਾਰੇ ਸਮਾਜ ਤੋਂ ਕੱਟੇ ਜਾਵਾਂ? ਮੈਂ ਫਿਰ ਦੁਆਰਾ ਨੀਲੂ ਨੂੰ ਕਹਿਣਾ, ਇਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ, ਮੈਂ ਇੰਜ ਨਹੀਂ ਚਾਹੁੰਦੀ। ਫਿਰ ਹੋਰ ਕੀ? ਪਰ ਕੀ ਹੋਰ ਕੀ? ਤੁਸੀਂ ਆਪਣੇ ਆਪ ਨੂੰ ਮੇਰੀ ਥਾਂ ਤੇ ਰੱਖ ਕੇ ਵੇਖੋ, ਕਿੰਨੇ ਕਿੰਨੇ ਦਿਨ ਤੁਸੀਂ ਬਾਹਰ ਲਾਉਂਦੇ ਹੋ, ਕਦੇ ਸੋਚਿਆ ਮੇਰਾ ਤੇ ਸੁਨੀਤ ਦਾ ਘਰ ਚ ਕਿਵੇਂ ਜੀ ਲੱਗਦਾ? ਖਿਲਾਫ਼ ਭਰਿਆ ਪਿਆ ਸਾਡੇ ਅੰਦਰ, ਘਰ ਨੂੰ ਜਿਵੇਂ ਘਰ ਨੇ ਜਿਵੇਂ ਨਿਗਲ ਜਾਣਾ ਹੋਵੇ ਸਾਨੂੰ। ਰੀਅਲੀ ਡਾਕਟਰ ਰੀਤ ਤੇ ਕਲਤਾ ਕਰਨ ਅਸੀਂ ਪਾਗਲ ਹੋ ਜਾਂਦੇ। ਮੈਂ ਗੌਰ ਨਾਲ ਨੀਲੂ ਵੱਲ ਦੇਖਦਾ, ਉਹਦੀ ਅੱਖ ਵਿੱਚ ਕਿਧਰੇ ਬਨਾਉਟੀਪਣ ਤਾਂ ਨਹੀਂ, ਕਿਤੇ ਉਈਓ ਤਾਂ ਨਹੀਂ ਉੱਪਰੋਂ ਉੱਪਰੋਂ ਕਰਦੀ ਦਿਲੋਂ ਖੁਸ਼ ਹੋਵੇ? ਫਿਰ ਮੈਨੂੰ ਜਾਪਦਾ ਕਿ ਉੱਕਾ ਝੂਠ ਬੋਲਦੀ, ਜਿਵੇਂ ਸੁਨੀਤ ਨੂੰ ਵੀ ਢਾਲ ਵਾਂਗੂ ਬਣਾਉਂਦੀ। ਠੀਕ ਹੈ, ਤੈਨੂੰ ਕੌਣ ਜਿੱਤ ਜਾਏ? ਕੋਈ ਆਦਮੀ ਜਿੱਤ ਸਕਦਾ ਇਸਤਰੀ ਤੋਂ? ਮੈਨੂੰ ਰਿਲੈਕਸ ਹੋ ਜਾਣਾ ਥੋੜਾ ਜਿਹਾ ਸਮਾਂ, ਮੈਨੂੰ ਤੈਨੂੰ ਪਤਾ ਹੈ ਜਿਹੜੀ ਇਕੱਲਤਾ ਤੈਨੂੰ ਤੰਗ ਕਰਦੀ ਹੈ, ਮੈਂ ਜਾਣਦਾ। ਕੀ ਕਿਹਾ ਫਿਰ ਬੋਲਿਓ, ਕੀ ਕਿਹਾ? ਇਕੱਲਤਾ ਤੰਗ ਕਰਦੀ ਹੈ, ਖੁਸ਼ੀ ਦਿੰਦੀ ਹੈ? ਆਖਦਾ ਮੈਂ ਦੂਜੇ ਕਮਰੇ ਜਾ ਕੇ ਕੰਪਿਊਟਰ ਤੇ ਕੀਬੋਰਡ ਤੇ ਟਿਕ ਟਿਕ ਕਰਨ ਲੱਗਾ। ਸ਼ਬਦਾਂ ਦੀ ਮਾਰ ਲਹੂ ਲਹਾਣ ਹੋਈ ਨੀਲੂ ਖੂਨ ਦੇ ਅੱਥਰੂ ਘੇਰਦੀ ਸੁਨੀਤ ਨੂੰ ਛਾਤੀ ਨਾਲ ਘੁੱਟ ਕੇ ਦੇਰ ਰਾਤ ਤੱਕ ਸਿਸਕੀਆਂ ਭਰਦੀ। ਉਹਦੀ ਸਿਸਕੀਆਂ ਮੇਰੇ ਕੰਪਿਊਟਰ ਦੀ ਟਿਕ ਟਿਕ ਚ ਗੁਆਚ ਜਾਂਦੀਆਂ, ਕੰਧ ਉੱਪਰ ਲੱਗੇ ਘੜੀ ਤੇ ਨਜ਼ਰ ਜਾਂਦੀ, ਜਦੋਂ ਵਾਪਸ ਬੈੱਡ ਵਿੱਚ ਆਉਂਦਾ ਤਾਂ ਅਗਲੇ ਰਾਤ ਅਗਲੇ ਦਿਨ ਚ ਪ੍ਰਵੇਸ਼ ਕਰ ਜਾਂਦੀ। ਮੈਂ ਹੌਲੀ ਦੇ ਕੇ ਉਹਦਾ ਹੱਥ ਘੁੱਟ ਕੀਤਾ। ਨੀਲੂ ਉੱਚੀ ਉੱਚੀ ਰੋਣ ਲੱਗਦੀ, ਇਹੋ ਜਿਹਾ ਮੈਂ ਕੀ ਕਿਹਾ ਤੈਨੂੰ? ਵੱਡੇ ਵੱਡੇ ਸੈਮੀਨਾਰਾਂ ਚ ਵੱਡੇ ਵੱਡੇ ਪੇਪਰ ਪੜ੍ਹਨ ਵਾਲੇ ਤੋਂ ਵੱਧ ਸ਼ਬਦਾਂ ਦੀ ਮਾਰ ਦਾ ਗਿਆਨ ਕਿਹਨੂੰ ਹੋਊ? ਉੱਚੇ ਰੁਕਣ ਉਪਰੰਤ ਫੇਰ ਸ਼ੁਰੂ ਹੋ ਜਾਂਦੇ। ਕਿਸੇ ਨੂੰ ਮਾਰਨ ਲਈ ਚਾਕੂ ਛੁਰੀ ਜ਼ਰੂਰ ਨਹੀਂ ਹੁੰਦੇ, ਤੁਹਾਡੇ ਵਾਂਗੂ ਸ਼ਬਦਾਂ ਨਾਲ ਵੀ ਮਾਰਿਆ ਜਾਂਦਾ ਸੁਨੀਤ ਨੇ। ਡਾਕਟਰ ਅਰੀਤ ਨੀਲੂ ਸੁਨੀਤ ਨੂੰ ਛਾਤੀ ਨਾਲ ਲਾ ਕੇ ਦੂਜੇ ਬੈੱਡ ਦੇ ਦੂਜੇ ਪਾਸੇ ਜਾਂਦੀ, ਰੋਂਦੀ ਰਹਿੰਦੀ। ਜਦੋਂ ਵੀ ਰਾਤ ਨੂੰ ਫੋਨ ਕਰਾਂ ਨੀਲੂ ਦੇ ਮੋਬਾਈਲ ਦੀ ਥਾਂ ਘਰ ਵਾਲੇ ਲੈਂਡ ਲਾਈਨ ਤੇ ਕਰਦਾ। ਨੀਲੂ ਕਈ ਵਾਰ ਲੈਂਡ ਲਾਈਨ ਫੋਨ ਕਟਵਾ ਦੇਣ ਲਈ ਵੀ ਕਹਿੰਦੀ। ਕੀ ਲੋੜ ਹੈ ਲੈਂਡ ਲਾਈਨ ਦੀ? ਇਹਦੀ ਵਰਤੋਂ ਤਾਂ ਹੁੰਦੀ ਨੀ, ਜਦੋਂ ਵੇਖੋ ਖਰਾਬ ਰਹਿੰਦਾ। ਐਕਸਚੇਂਜ ਵਾਲਿਆਂ ਨੂੰ ਕੰਪਲੇਂਟ ਲਿਖਾਓ, ਥੱਕ ਜਿਹਦਾ ਫਜ਼ੂਲ ਬਿੱਲ ਭਰ ਦਿਓ, ਫਾਇਦਾ ਕੋਈ ਨੀ, ਕਟਾਓ ਇਹਨੂੰ। ਪਰ ਮੈਂ ਚਾਹੁੰਦਾ ਵੀ ਨਾ, ਫੋਨ ਘਰ ਵਾਲਾ ਹੀ ਚਾਹੀਦਾ। ਜਦ ਘਰ ਵਾਲਾ ਫੋਨ ਕਰਾਂ, ਪਤਾ ਲੱਗੂ ਨਾ ਘਰੇ ਆ, ਮੋਬਾਈਲ ਫੋਨ ਦਾ ਕੀ ਪਤਾ ਕਿੱਥੇ ਆ। ਮੈਂ ਨੀਲੂ ਦੀ ਗੱਲ ਨੂੰ ਅਣਸੁਣਿਆ ਕਰਦਾ। ਨੀਲੂ ਨੂੰ ਕੀ ਦੱਸਾਂ ਕਿ ਬਾਹਰੋਂ ਕਿਸੇ ਲੈਂਡ ਲਾਈਨ ਤੇ ਫੋਨ ਕਰਕੇ ਤੇਰਾ ਤਾਂ ਪਤਾ ਕਰਨਾ ਹੁੰਦਾ ਤੂੰ ਕਿੱਥੇ ਆ, ਫੋਨ ਮੈਂ ਘਰ ਵਾਲਾ ਕਿਉਂ ਕਟਾਵਾਂ? ਉਹ ਬਹੁਤ ਨੰਬਰ ਪੁਰਾਣਾ ਚੱਲਿਆ ਹੋਇਆ, ਬਹੁਤ ਸਾਰੇ ਪੁਰਾਣੇ ਦਸਤਾਵੇਜ਼ਾਂ 'ਚ ਮੇਰਾ ਨੰਬਰ ਹੈ, ਬਹੁਤ ਸਾਰੇ ਲੋਕਾਂ ਕੋਲ ਇਹ ਨੰਬਰ ਹੈ। ਲੈਂਡ ਲਾਈਨ ਫੋਨ ਹੋਣ ਨਾਲ ਰਹਿਸ਼ ਦਾ ਪ੍ਰਮਾਣ ਪੱਤਰ ਵੀ ਹੈ, ਇਹ ਨਹੀਂ ਕਟਾਉਣਾ। ਠੀਕ ਹੈ, ਜਿੱਦਾਂ ਤੁਹਾਡੀ ਗੱਲ ਠੀਕ ਹੈ। ਨੀਲੂ ਇਸ ਗੱਲ ਤੇ ਆਉ, ਮੋਬਾਈਲ ਫੋਨ ਦੇ ਨਾਲ ਗੱਲ ਕਰਨ ਦਾ ਸਵਾਦ ਹੀ ਨਹੀਂ ਆਉਂਦਾ। ਲੈਂਡ ਲਾਈਨ ਤੇ ਆਵਾਜ਼ ਬੜੀ ਕਲੀਅਰ ਹੁੰਦੀ ਹੈ, ਬਿਲਕੁਲ ਅਸਲੀਅਰ, ਫਿਰ ਸੁਣਦਿਆਂ ਦਿਮਾਗ ਤੇ ਅਸਰ ਵੀ ਨਹੀਂ ਹੁੰਦਾ। ਮੋਬਾਈਲ ਦੀਆਂ ਵਾਈਬ੍ਰੇਸ਼ਨ ਬਹੁਤ ਹਾਰਮਫੁਲ ਨੇ, ਇਹਦੇ ਕਰਕੇ ਲੈਂਡ ਲਾਈਨ ਯੂਜ ਕਰਨਾ ਚੰਗਾ। ਮੈਂ ਆਪਣੀ ਗੱਲ ਨੂੰ ਪੱਕਾ ਕਰ। ਹਾਂ ਇਹ ਤਾਂ ਹੈ, ਨੀਲੂ ਚਾਰ ਸ਼ਬਦਾਂ ਸਹਿਮਤੀ। ਇਸ ਕਰਕੇ ਮੈਂ ਘਰ ਦੇ ਲੈਂਡ ਲਾਈਨ ਤੇ ਫੋਨ ਤੇ ਫੋਨ ਬੁਲਾਉਣਾ। ਮੇਰਾ ਅੰਦਰਲਾ ਚੋਰ ਬਹੁਤ ਮੈਂ ਚਲਾਕੀ ਨਾਲ ਲਗਾ, ਜਦ ਵੀ ਮੈਂ ਫੋਨ ਕਰਦਾ ਮੈਨੂੰ ਜਾਪਦਾ ਜਿਵੇਂ ਮੇਰਾ ਫੋਨ ਆਉਣ ਤੇ ਨੀਲੂ ਤਰਬਕੀ ਹੋ ਗਈ। ਹੌਲੀ ਹੌਲੀ ਉਹਦੀ ਘੁਸਰ ਮੁਸਰ, ਮੈਂ ਉਹਦੇ ਨਾਲ ਗੱਲ ਕਰਦਾ ਦੂਜੇ ਕੰਨ ਜ਼ੋਰ ਦੇ ਨਾਲ, ਇਹ ਸੋਚਦਾ ਵੀ ਆਲੇ ਦੁਆਲੇ ਘੁਸਰ ਮੁਸਰ ਤਾਂ ਨੀ ਕੋਈ ਹੋ ਰਹੇ, ਕੌਣ ਹੈ? ਤੇਰੇ ਮੰਮੀ ਪਾਪਾ ਉਹਨੂੰ ਨੀ ਆਇਆ ਕੋਈ? ਨਹੀਂ ਤਾਂ ਕੋਈ ਨੀ ਆਇਆ, ਕਿਉਂ, ਕਿਵੇਂ, ਤੁਹਾਨੂੰ ਕੀ ਲੱਗਿਆ? ਨਹੀਂ ਨਹੀਂ ਮੈਨੂੰ ਲੱਗਿਆ ਜਿਵੇਂ ਕੋਈ ਗੱਲ ਕਰਨ ਦੀ ਆਵਾਜ਼ ਆ ਰਹੀ ਹੈ, ਮੈਂ ਸੋਚਿਆ ਸ਼ਾਇਦ ਉਧਰੋਂ ਕੋਈ ਆਇਆ ਹੋਇਆ, ਮੈਨੂੰ ਗੱਲ ਨਾ ਆਉਣ ਦੀ, ਤੁਹਾਡੇ ਕੰਨ ਵੱਜਦੇ ਆ, ਸ਼ਾਇਦ ਇਹਨਾਂ ਦਾ ਕੋਈ ਇਲਾਜ ਕਰਾਓ। ਸੁਮੀਤ ਵੀ ਸੁੱਤਾ ਪਿਆ, ਗੱਲਾਂ ਕਰਨੀਆਂ ਮੈਂ ਕੰਧਾਂ ਨਾਲ, ਤੁਹਾਡਾ ਫੋਨ ਉਡੀਕਦੀ ਸੀ, ਪੱਖੇ ਦੀ ਘੂੰਕੂ ਹੈ, ਕਲਾਕ ਦੀ ਟਿਕਟ ਮੇਰੇ ਤੇ ਸੁਮੀਤ ਦੀ ਸਾਹ ਦੀ ਸ਼ਾਂਸ਼ ਹੈ ਬਸ, ਜਾਂ ਫਿਰ ਤੇਰੇ ਹਰਮਨ ਪਿਆਰੇ ਲੈਣ ਲੈ ਚੋ ਘਰ ਘਰ ਦੀ ਆਵਾਜ਼ ਆਉਂਦੀ। ਨਿੱਕੀ ਜੇ ਗੱਲ ਕੀਤੀ ਆ, ਕਿੱਡਾ ਉੱਤਰ ਦਿੰਦੀ ਆ ਤੂੰ,
ਮੈਂ ਕੀ ਪੁੱਛਿਆ, ਮੈਂ ਇਹ ਗੱਲ ਕੀਤੀ, ਕੋਈ ਆਇਆ ਤਾਂ ਨੀ, ਬਸ ਗੱਲ ਖਤਮ, ਨਾਟਕ ਦੀ ਸਕ੍ਰਿਪਟ ਲਿਖਣ ਲੱਗ ਜਾਂਦੀ, ਮੈਨੂੰ ਕੋਈ ਗੱਲ ਤਾਂ ਲੱਭੀ ਨਾ, ਮੈਂ ਕਿਹਾ ਉੱਚਾ ਬੋਲ ਲਓ। ਜਿੱਦਣ ਬਿਨਾਂ ਦੱਸੇ ਘਰ ਜਾਂਦਾ ਤਾਂ ਹੌਲੀ ਹੌਲੀ ਜਾ ਕੇ ਡੋਰ ਬੈਲ ਤੇ ਹੱਥ ਟਕਾਉਣਾ, ਫਿਰ ਦਿਲ ਧੜਕ, ਕੁਛ ਖਤਰਨਾਕ ਤਾਂ ਨੀ ਵਾਪਰੂ, ਅੰਦਰੋਂ ਕੌਣ ਨਿਕਲੂ, ਨੀਲੂ ਦੇ ਨਾਲ ਕੌਣ ਹੋ, ਪਰ ਸਾਹਮਣੇ ਖੜੀ ਨੀਲੂ ਹੱਸ ਰਹੀ ਹੋ, ਉਹਦੀਆਂ ਅੱਖਾਂ ਕੌਣ ਨਾਲ ਵੇਖਦਾ, ਘਬਰਾ ਤਾਂ ਨੀ, ਅੱਗੇ ਹੋ ਕੇ ਮੇਰਾ ਸੂਟ ਕਿਸ ਫੜ ਲੱਗੀ, ਜਿੰਨੇ ਕਿੰਨੇ ਵਜੇ ਵੀ ਨੇਰੇ ਹੋ ਆਵਾਂ, ਨੀਲੂ ਚਾਕਦੀ ਹੁੰਦੀ, ਉਹਦੀ ਇਹ ਆਦਤ ਬਾਰੇ ਇੱਕ ਵਾਰ ਤਾਂ ਮੈਂ ਆ ਕੇ, ਜਦ ਮੈਂ ਘਰ ਹੁੰਦਾ ਤੇ ਜਦ ਮੈਂ ਘਰ ਨੀ ਹੁੰਦਾ ਅੱਧੀ ਰਾਤ ਤੱਕ ਜਾਗਦੀ, ਜਦ ਮੈਂ ਫੋਨ ਕਰਾਂ ਜਾਗਦੀ ਹਾਂ, ਮੈਂ ਫਿਲਮ ਦੇਖਦੀ ਹਾਂ, ਨਾਵਲ ਪੜ੍ਹਦੀ ਹਾਂ, ਪਤਾ ਨੀ ਕੀ, ਜਦ ਮੈਂ ਘਰ ਹੁੰਦਾ ਤਾਂ 7 ਵਜੇ ਸੌਂ ਜਾਂਦੇ, ਨੀਂਦਰਾ ਚੜ ਜਾਂਦਾ, ਘਰਾੜੇ ਮਾਰਦੀ ਆ, ਤੂੰ ਇਹ ਕੀ ਕੰਮ ਆ ਤੇਰਾ। ਜਿਸ ਦਿਨ ਤੁਸੀਂ ਘਰੇ ਹੁੰਦੇ ਹੋ ਨੀਂਦ ਵੀ ਉੱਡਣੇ ਆਉਂਦੀ, ਤੇਰੀ ਹਾਜ਼ਰੀ ਚ ਅਸੀਂ ਮਾਂ ਪੁੱਤ ਸੁਰੱਖਿਅਤ ਮਹਿਸੂਸ ਕਰਦੇ, ਨਹੀਂ ਤਾਂ ਘਰ ਖਾਣ ਨੂੰ ਆਉਂਦਾ ਮੈਂ। ਉਦੋਂ ਮੈਨੂੰ ਦੁਨੀਆਂ ਦੇ ਕਿਸੇ ਵੱਡੇ ਚਿੰਤਕ ਵੱਲੋਂ ਆ ਕੇ ਸ਼ਬਦ, ਔਰਤ ਹੀ ਜਾਣਦੀ ਹੈ ਕਿ ਇਕੱਲਤਾ ਕੀ ਹੁੰਦੀ ਹੈ, ਆਦਮੀ ਕਰਨਾ ਜਾਣਦਾ, ਯਾਦ ਆਏ ਤਾਂ ਅੱਜ ਵੀ ਅਜੇ ਤੱਕ ਜਾਗ ਰਹੀ ਸੀ। ਹਾਂ ਮੈਨੂੰ ਉਡੀਕ ਸੀ ਤੁਹਾਡੀ, ਮੈਂ ਚੁੱਪ ਕਰਦਾ, ਹਾਲਾਂਕਿ ਮੈਂ ਦੱਸਦਾ ਨੀ ਕਦੇ ਕਦ ਵੀ ਮੈਂ ਘਰ ਨੂੰ ਆਉਣਾ, ਤੇ ਮੇਰਾ ਦਿਮਾਗ ਪਿੱਛੇ ਸੈਮੀਨਾਰ ਵਾਲੀ ਜਗ੍ਹਾ ਤੇ ਪਹੁੰਚ ਜਾਂਦਾ, ਡਾਕਟਰ ਬਲਵਿੰਦਰ ਤੇ ਹੋਰਾਂ ਦੋਸਤਾਂ ਨੇ ਰੁਕ ਜਾਣ ਲਈ ਜ਼ੋਰ ਪਾਇਆ, ਮੈਂ ਇਨਕਾਰ ਕਰ ਦਿੱਤਾ, ਅਸਲ ਚ ਮੈਂ ਅਚਾਨਕ ਘਰ ਪਾਉਣਾ ਚਾਹੁੰਦਾ ਸੀ। ਉਹ 4 ਵਜੇ ਹੁਣ ਅੱਧੀ ਰਾਤ, 11 ਵਜੇ ਘਰੇ ਜਾਵਾਂਗਾ, ਕੀ ਕਰਨਾ ਤੂੰ ਘਰੇ ਜਾ ਕੇ, ਨਹੀਂ ਜਾਣਾ ਯਾਰ, ਉਹ ਛੱਡ ਯਾਰ, ਉਧਰਲਾ ਫਿਕਰ ਛੱਡ, ਉਹਨੇ ਤਾਂ ਹੁਣ ਤੱਕ ਸੱਦਾ ਵੀ ਦੇ ਤਾ ਹੋ ਜਿਹਨੂੰ ਬੁਲਾਉਣਾ ਹੋ, ਬਲਵਿੰਦਰ ਨੇ ਪਤਾ ਨੀ ਕਿਵੇਂ ਕਹਿਤਾ, ਜਦ ਉਹਨੇ ਕਿਹਾ ਮੇਰਾ ਅੰਦਰ ਹੈ, ਕੱਲ ਸਵੇਰੇ ਅਰਲੀ ਮਾਰਨਿੰਗ ਕਿਤੇ ਨਿਕਲਣਾ, ਅੱਜ ਜਾਣਾ ਜ਼ਰੂਰੀ ਹੈ, ਆ ਕੇ ਮੈਂ ਬਲਵਿੰਦਰ ਨੂੰ ਤੁਰ ਗਿਆ, ਜਾ ਭਾਈ ਜਾ, ਹੈ ਬਈ ਘਰੇ ਮੂਰਤ ਅਰ ਗਈ, ਭਰਜਾਈ ਆ ਸਾਡੀ, ਬਾਕਸਰ ਜਾਣਾ ਹੀ ਫਾਇਦਾ ਹੈ, ਨਾਲੇ ਬਾਹਲਾ ਸੁਨੱਖ ਪਾਉਣਾ ਹੈ, ਕਿ ਰਸਤੇ ਦਾ ਨਲਕਾ ਹੀ ਹੁੰਦਾ, ਹਰੇਕ ਹੀ ਪਾਣੀ ਦੇ ਘੁੱਟ ਪੀਣ ਨੂੰ ਫਿਰਦਾ, ਸਾਂਭ ਕੇ ਰੱਖਣਾ ਪੈਂਦਾ, ਬਲਵਿੰਦਰ ਦੇ ਬੋਲ ਮੇਰੇ ਗੱਡੀ ਦੇ ਟਾਇਰਾਂ ਨਾਲ ਜਿਵੇਂ ਚਿੰਬ। ਜਦ ਮੈਂ ਅੰਦਰ ਗਿਆ ਤੇ ਉਹਨੇ ਖੋਲਿਆ, ਇਹਦੀ ਉਡੀਕ ਹੋ ਰਹੀ ਹੈ, ਮੈਂ ਖਿਆਲਾਂ ਚ ਆਉਂਦੇ ਹੀ ਨੀਲੂ ਨੂੰ ਰੁੱਖੇ ਸ਼ਬਦ ਨਾਲ ਕਿਹਾ, ਮੇਰੇ ਉਹ ਮੂਹਰੇ ਖੜੀ, ਮੇਰੇ ਕੋਟ ਦੇ ਬਟਨ ਮੂਹਰਲੇ ਖੋਲ ਕੇ, ਸ਼ਰਟ ਦੇ ਬਟਨ ਲਾ ਰਹੇ, ਤੈਨੂੰ ਵੀ ਕੋਈ ਨੀ ਸਮਝ ਸਕਦਾ, ਮੈਂ ਤਾਂ ਨੀ ਸਮਝ ਸਕੀ ਤੈਨੂੰ, ਸੂਟ ਇੱਕ ਸੂਟ ਕੇ ਸਟੇਬਲ ਤੇ ਰੱਖ ਕੇ ਉਹ ਮੇਰੇ ਕੋਟ ਲਾਉਣ ਲਈ ਤੇ ਮੇਰੀ ਟਾਈ ਲਾਉਣ ਲਈ ਟਾਈ ਦੀ ਗੰਢ ਖੋਲਣ ਲੱਗੀ, ਹੋਰ ਕਿਸੇ ਦੀ ਸਮਝ ਆ ਜਾਂਦੀ ਹੈ, ਮੈਂ ਉਹਨੂੰ ਝਾਕਦਾ ਤੇ ਨੇੜੇ ਹੋ ਕੇ ਉਹਦੀ ਗਰਦਨ ਸੁੰਘਣ ਦਾ ਯਤਨ ਕਰਦਾ, ਪਲ ਦੀ ਪਲ ਨੀਲੂ ਦੇ ਚਿਹਰੇ ਦਾ ਰੰਗ ਬਸਦਾ, ਪਲੱਕਣ ਛਾ ਜਾਂਦੀ, ਮੈਂ ਉਹਦੇ ਆਲੇ ਦੁਆਲੇ ਸਰੀਰ ਦੇ ਘੁੰਮ ਕੇ ਉਹਦੇ ਕੱਪੜਿਆਂ ਦੇ ਵੱਟ ਦੇਖਣਾ ਚਾਹੁੰਦਾ, ਸੂਟ ਬੂਟ ਲਾ ਕੇ ਆਰਾਮ ਕਰ ਲਓ, ਮੈਂ ਤੁਹਾਡੇ ਲਈ ਕੋਸਾ ਕਰਕੇ ਦੁੱਧ ਲਿਓ ਨਾ, ਥਕਾਵਟ ਦੂਰ ਹੋ, ਮੈਂ ਤ੍ਰਭਕਤਾ, ਥੋੜੇ ਦਿਨ ਪਹਿਲਾਂ ਅਖਬਾਰ ਦੀ ਖਬਰ ਆ ਜਾਂਦੀ, ਪ੍ਰੇਮੀ ਨਾਲ ਮਿਲਣ ਤੋਂ ਰੋਕਣ ਕਰਕੇ ਪਤਨੀ ਨੇ ਪਤਨੀ ਦੇ ਹਰੀਕਾ ਦੁੱਧ ਦੇ ਕੇ ਮਾਰਿਆ, ਤੀਸਰੇ ਪੰਨੇ ਤਿੰਨ ਆਲਮੀ ਖਬਰ ਦਾ ਵਿਸਤਾਰ ਫੈਲ ਕੇ ਸਾਰੇ ਅਖਬਾਰ ਦੇ ਵਿੱਚ ਦਾ ਹੱਥ ਕੜੀ ਜਖਦੇ ਪ੍ਰੇਮੀ ਪ੍ਰੇਮਿਕਾ ਚਾਰ ਟੀਵੀ ਦੇ ਤੇ ਆਉਂਦੇ ਨੇ, ਜਨ ਨੂੰ ਦੁੱਧ ਲੈ ਕੇ ਨੀਲੂ ਆ ਜਾਂਦੀ, ਕੀ ਸੋਚੀ ਜਾਂਦੇ ਹੋ, ਲੱਗਦਾ ਸੈਮੀਨਾਰ ਚ ਤੁਰੇ ਫਿਰਦੇ, ਵਾਪਸ ਆ ਜਾਓ ਘਰੇ ਆ ਗਏ, ਲਓ ਦੁੱਧ ਪੀਓ, ਖੰਡ ਦੀ ਤਾਂ ਸ਼ੱਕਰ ਪਾਈ ਹੈ, ਨੀਲੂ ਦੀ ਆਵਾਜ਼ ਮਿਲ, ਪਹਿਲਾਂ ਤੂੰ ਪੀ, ਮੈਂ ਹੱਥ ਨਾਲ ਗਲਾਸ ਉਹਦੇ ਵੱਲ ਧੱਕਿਆ, ਉਹ ਮੈਂ ਸਾਰੀ ਦਿਹਾੜੀ ਵਿਹਲੀ ਘਰੇ ਬੈਠੀ ਕੁਛ ਨਾ ਕੁਛ ਤਾਂ ਖਾਂਦੀ ਰਹਿੰਦੀ, ਤੁਸੀਂ ਪੀਓ ਪਲੀਜ਼, ਬਾਹਰੋਂ ਆਇਓ ਥੱਕੇ ਟੁੱਟਿਓ, ਨਾਲੇ ਹੁਣ ਤੁਹਾਨੂੰ ਐਨਰਜੀ ਦੀ ਲੋੜ ਹੈ, ਕਿਹਦੀ ਨੱਠ ਭੱਜ ਬਣੀ ਰਹਿੰਦੀ, ਅੰਦਰ ਬਾਹਰ ਘਰ ਬਾਹਰ ਚੱਜ ਹਾਲ ਦਾ ਖਾਣਾ ਨੀ ਮਿਲਦਾ, ਰੱਖਦੇ ਟੇਬਲ ਤੇ ਪੀ ਲੈਣਾ ਮੈਂ, ਤੇ ਮਾਰਨ ਨੂੰ ਤਾਂ ਨੀ ਫਿਰ ਜ਼ਹਿਰ, ਪਤਾ ਤਾਂ ਨੀ ਅੰਦਰ ਲੁਕਿਆ, ਉਹ ਗਰਮ ਨੀ ਸਰਦਾਰ ਜੀ, ਪੀਣ ਵਾਲਾ ਹੀ ਕਰਕੇ ਲੈ ਕੇ ਆਏ, ਕੋਸਾ ਕੋਸਾ ਵਿੱਚ ਸ਼ੱਕਰ ਆ, ਪਿਆ ਖਰਾਬ ਜੂ, ਦੁੱਧ ਐਂਟਾਸਿਡ ਹੁੰਦਾ, ਗੈਸ ਬਣਨ ਤੋਂ ਰੋਕਦਾ, ਖਾਧੇ ਪੀਤੇ ਨੂੰ ਹਜ਼ਮ ਕਰਦਾ, ਪੀ ਲਓ ਪੀ ਲਓ, ਉਹ ਗਲਾਸ ਫੜ ਕੇ ਫੇਰ ਕਿਸੇ ਕਿਸੇ ਗੱਲ ਤੇ ਮਗਰੇ ਪੈ ਜਾਂਦੀ ਹੈ, ਉੱਠ ਕੇ ਰਸੋਈ ਚੋਂ ਖਾਲੀ ਗਲਾਸ ਲੈਣ ਗਿਆ, ਮੈਨੂੰ ਐਸੀ ਐ ਇਹਦੇ ਚੋਂ ਅੱਧਾ ਤੇ ਜ਼ਹਿਰ ਹੋਊ ਪਤਾ ਲੱਗ, ਦੋਨਾਂ ਗਲਾਸਾਂ ਚ ਅੱਧਾ ਅੱਧਾ ਪਾ, ਲੈ ਇੰਨਾ ਕੁ ਤੂੰ ਪੀ ਲਾ, ਦੱਸਿਆ ਤਾਂ ਪੇਟ ਭਰਿਆ ਪਿਆ, ਰੱਜ ਕੇ ਰੋਟੀ ਖਾਧੀ, ਮੈਂ ਇੰਨਾ ਨੀ ਪੀ ਸਕਦਾ, ਮੈਂ ਗਲਾਸ ਨੀਲੂ ਦੇ ਹੱਥਾਂ ਚ ਦੇ, ਨੀਲੂ ਉੱਥੇ ਖੜੀ ਘੱਟ 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 ਕਰਕੇ ਦੁੱਧ ਪੀ, ਜ਼ੋਰ ਅੱਖ ਨਾਲ ਵੇਖਦਾ, ਨੀਲੂ ਦੇ ਚਿਹਰੇ ਦੇ ਰੰਗ ਚ ਕੋਈ ਤਬਦੀਲੀ, ਬਿਲਕੁਲ ਸਹਿਜ, ਮੈਂ ਆਪਣਾ ਗਲਾਸ ਫੇਰ ਵੀ ਨੀ ਪੀਤਾ, ਮੇਰੇ ਵਾਲੇ ਦੇ ਥੱਲੇ ਤਾਂ ਨੀ ਜ਼ਹਿਰ,
ਲਾਸ਼ ਇੱਧਰ ਉੱਧਰ ਤੁਰਦਿਆਂ ਫਿਰਦਿਆਂ ਪੰਜ ਨਾ ਤਾਂ ਨੀਲੂ ਸੁੱਤੇ ਪੈਸੇ ਦੀ ਚਾਦਰ ਦੇਣ ਲਈ ਬੈਲਟ ਵੀ ਜਾਂਦੀ ਹੈ, ਸੂਈ ਚੱਲਦਾ ਐਗਜ਼ਾਸਟ ਪੈਣ ਬੰਦ ਕਰਦੇ, ਮੇਰੀਆਂ ਅੱਖਾਂ ਬਰਾਬਰ ਉਹਦਾ ਪਿੱਛਾ ਕਰਦੀਆਂ, ਫਿਰ ਬਾਅਦ ਮੇਰੇ ਕੋਲ ਆ ਗਈ ਪੀਤਾ ਨੀ ਹਜੇ ਤੁਹਾਨੂੰ ਨਾ ਜਵਾਕਾਂ ਨੂੰ ਖੋਣਾ ਪੈਣਾ ਪੈਂਦਾ ਕੋਲ ਖੜ ਕੇ, ਚਲੋ ਪੀਓ ਦੋ ਘੁੱਟ ਦੁੱਧ, ਦੋ ਘੁੱਟਾਂ ਦੁੱਧ ਹੈ ਗਲਾਸ ਚ, ਤੁਸੀਂ ਫੜੀ ਖੜੇ ਹੋ ਇਹਨਾਂ ਨੂੰ, ਤੁਹਾਡੇ ਵਾਲੀਆਂ ਆਦਤਾਂ ਨਾ ਤੁਹਾਡੇ ਜਵਾਕ ਦੀਆਂ, ਅੱਧਾ ਕੱਪ ਦੁੱਧ ਲੈ ਕੇ ਬੈਠਾ ਰਹਿੰਦਾ, ਮਿੰਨਤਾਂ ਕਰਨੀਆਂ ਪੈਂਦੀਆਂ, ਸਿਰ ਤੇ ਚੱਕ ਕੇ ਸਵਾਲੀਆਂ ਜੀ ਨਜ਼ਰਾਂ ਨਾਲ ਨੀਲੂ ਵੱਲ ਵੇਖਦਾ, ਉੱਪਰ ਨਜ਼ਰਾਂ ਤਾਂ ਉੱਠਦੀਆਂ ਹੀ ਨੀ, ਨੀਲੂ ਦੇ ਮੋਬਾਈਲ ਦੀ ਰਿੰਗ ਵੱਜਦੀ ਹੈ, ਮੈਂ ਕਾਹਲੀ ਨਾਲ ਫੋਨ ਆਉਣ ਸੋਰੀ ਰੋਂਗ ਨੰਬਰ ਕਹਿ ਕੇ ਫੋਨ ਕੱਟ ਦਿੰਦਾ, ਕਾਲ ਕਿਸੇ ਪ੍ਰਾਈਵੇਟ ਬੀਮਾ ਕੰਪਨੀ, ਬੀਮੇ ਕੰਪਨੀ ਦੇ ਥੱਲੇ ਤਾਂ ਨੀ ਲੁਕਿਆ, ਅਕਸਰ ਇੰਜੇ ਹੁੰਦਾ ਕਿਸੇ ਮੋਬਾਈਲ ਕੰਪਨੀ ਸਟਾਰਾਂ ਵਾਲੀ ਕੰਪਨੀ ਦੀ ਕਾਲ ਹੋਣ ਕਰੇ ਕੱਚਾ ਜਿਹਾ ਰਹਿ ਜਾਂਦਾ, ਬੰਦਾ ਨੀ ਫੜਦਾ ਸਾਲਾ ਕਿਹੜਾ ਕਰ, ਫੋਨ ਦੀ ਰਿੰਗ ਟੋਨ ਵੱਜਦੇ ਭੱਜ ਕੇ ਫੋਨ ਚੱਕਦਾ, ਚਾਹੇ ਨੀਲੂ ਪਰਾਂ ਹੋਵੇ ਨੇੜੇ ਹੋਵੇ ਜਾਂ ਨੀਲੂ ਦੇ ਸੈੱਲ ਫੋਨ ਜੇ ਘਰ ਦੀ ਮੈਂ ਹੋਵਾਂ ਫੋਨ ਮੈਂ ਚੱਕ, ਉਹ ਅੰਦਰ ਰਸੋਈ ਚ ਕੌਣ ਸੀ, ਉਹ ਰੋਂਗ ਨੰਬਰ ਸੀ ਕਿਸੇ ਦਾ, ਕੌਣ ਹੈ ਵਾਰ ਵਾਰ ਰੋਂਗ ਨੰਬਰ ਡਾਇਲ ਕਰਨ ਵਾਲਾ, ਪਤਾ ਨੀ ਤੁਹਾਡੇ ਘਰ ਹੁੰਦੇ ਆ ਰੋਂਗ ਨੰਬਰ ਵਾਲੇ ਬਹੁਤ ਨੇ, ਧੜਾ ਧੜ ਨੀਲੂ ਮੈਨੂੰ ਛੇੜਨ ਲੱਗ, ਮੈਨੂੰ ਕੀ ਪਤਾ, ਕੀ ਪਤਾ ਕਿਹੜਾ ਸੀ ਰੋਂਗ ਨੰਬਰ ਕਹਿੰਦਾ ਮੂਹਰਿਓ, ਮੇਰੇ ਫੋਨ ਤੇ ਤਾਂ ਨੀ ਆਉਂਦੇ ਰੋਂਗ ਨੰਬਰ, ਮੋਬਾਈਲ ਜਾਂ ਘਰ ਵਾਲੇ ਲੈਂਡ ਲਾਈਨ ਦੀ ਫੋਨ ਦੀ ਗੱਲ ਡਾਇਲ ਕਰਨ ਵਾਲਾ, ਮੇਰੇ ਤਾਂ ਅਟੈਂਡ ਕਰਦੇ ਹੀ ਰੋਂਗ ਨੰਬਰ ਕਹਿ ਦਿੰਦਾ, ਹੈ ਕਿਹੜਾ ਇਹ ਸਾਲਾ, ਮੇਰੇ ਫੋਨ ਤੇ ਕਰਦਾ ਨੀ, ਤੇਰੇ ਵਾਲੇ ਫੋਨਾਂ ਤੇ ਰੋਂਗ ਨੰਬਰ ਆਉਂਦਾ, ਮੈਨੂੰ ਤਾਂ ਕਦੇ ਨੀ ਆਉਂਦੇ, ਮੇਰੇ ਪਿੱਛੋਂ ਤਾਂ ਨਾਲੇ ਲਾਈਨਾਂ ਵੀ ਬਿਜ਼ੀ ਰਹਿੰਦੀਆਂ ਨੇ, ਜਦ ਮੈਂ ਕਰਦਾ ਅੰਗੇਜ ਹੀ ਰਹਿੰਦਾ, ਇਉਂ ਕਰੋ ਸਵੇਰੇ ਜਾਇਓ ਐਕਸਚੇਂਜ ਚ ਫੋਨ ਕਾਲਾਂ ਦਾ ਰਿਕਾਰਡ ਕਢਾ ਲਿਆ, ਮੇਰੇ ਸੈੱਲ ਦੇ ਸਿਮ ਤੇ ਲੈਂਡ ਫੋਨ ਲੈਂਡ ਲਾਈਨ ਦੇ ਫੋਨ ਤੇ ਤੁਹਾਡੇ ਨਾਮ ਤੇ ਇਸ਼ੂ ਹੋਏ ਨਾ ਕਢਾ ਲਓ, ਕਿਸੇ ਦੀ ਪਰਮਿਸ਼ਨ ਥੋੜਾ ਤੁਸੀਂ ਲੈਣੀ ਹੈ, ਘਰ ਵਾਲਾ ਫੋਨ ਤੁਹਾਡੇ ਨਾਂ ਆ, ਮੇਰੇ ਵਾਲਾ ਫੋਨ ਤੁਹਾਡੇ ਨਾਂ ਹੈ, ਤੁਸੀਂ ਹਰ ਮਹੀਨੇ ਕਾਲਾਂ ਦੀ ਡਿਟੇਲ ਲੈ ਲਿਆ ਕਰੋ, ਅੱਬਲ ਤਾਂ ਹਰੇਕ ਹਫ਼ਤੇ ਹੀ, ਨੀਲੂ ਗੁੱਸੇ ਚ, ਤੂੰ ਗੱਲ ਦਾ ਜਦੇ ਬਾਤ ਦਾ ਪਤੰਗੜ ਬਣਾਉਣੀ ਆ, ਮੇਰਾ ਮਤਲਬ ਇਹ ਨੀ ਸੀ ਆਪਦੇ ਮਤਲਬ ਕੱਢੀ ਜਾਣੇ ਆ, ਮੇਰਾ ਮਤਲਬ ਸੀ ਜਾਣੀ, ਮੈਂ ਚੈੱਕ ਕਰਨਾ ਚਾਹੁੰਦਾ ਵੀ ਕੌਣ ਰੋਂਗ ਨੰਬਰ ਵਾਲਾ, ਮਤਲਬ ਮੈਨੂੰ ਮਤਲਬ ਦਾ ਮੈਨੂੰ ਨੀ ਪਤਾ, ਤੁਹਾਡੀ ਭਾਵਨਾ ਦਾ ਮੈਨੂੰ ਜ਼ਰੂਰ ਪਤਾ ਵੀ ਲੱਗ ਜਾਂਦੀ ਹੈ, ਅੰਦਰ ਤੱਕ ਪੱਛ ਵੀ ਦਿੰਦੀ ਹੈ ਜਿਵੇਂ ਕੋਈ ਨੌਂਦਾਂ ਨਾਲ ਝਰੀਟ ਸੁੱਟੇ, ਤੁਸੀਂ ਤਾਂ ਬੜੇ ਆਰਾਮ ਨਾਲ ਕਹਿਣਾ ਮੇਰਾ ਮਤਲਬ ਨੀ ਸੀ, ਮੇਰਾ ਮਤਲਬ ਸੀ, ਪਰ ਮੈਨੂੰ ਪਤਾ ਕੀ ਮਤਲਬ ਸੀ ਤੁਹਾਡਾ, ਨੀਲੂ ਦਾ ਦਰਦ ਬਾਹਰ ਡਿਓ, ਤੁਸੀਂ ਮਰਦ ਲੋਕ ਡੋਮੀਨੇਟ ਕਰਦੇ ਹੋ ਪਰ ਇਹਦਾ ਮਤਲਬ ਇਹ ਨੀ ਵੀ ਜਿਹੜਾ ਮੂੰਹ ਚ ਆਵੇ ਉਹ ਤੁਸੀਂ ਬੋਲੀ ਜਾਣ, ਸੱਚੀ ਪੁੱਛੋ ਮੇਰਾ ਸਾਹ ਕੁੱਟਿਆ ਪਏ, ਮੇਰਾ ਕੋਈ ਅਧਿਕਾਰ ਨੀ ਤੇਰੇ ਤੇ, ਮੈਂ ਕਹਿ ਨੀ ਸਕਦਾ, ਮੈਂ ਕੁਝ ਨੀ ਤੇਰੇ ਲਈ, ਮੈਂ ਕਿਹਾ ਵੀ ਹੁਣ ਇੱਥੇ ਸਿੱਟ, ਆਹ ਗੱਲ ਹੈ ਇੱਕ ਨਿਕਲ ਫਸ ਤਾਂ ਗਿਆ, ਹੁਣ ਬਾਹਰ ਚੋਂ ਨਿਕਲਣਾ ਕਿਵੇਂ ਆਏ, ਮੇਰਾ ਅਧਿਕਾਰ ਨੀ ਹੈ ਤੇਰੇ ਤੇ, ਮੈਂ ਲੱਗਦਾ ਨੀ ਤੇਰਾ ਕੁਛ, ਮੇਰੇ ਲਈ ਤਾਂ ਹਿਟਲਰ ਹੋ ਤੁਸੀਂ, ਹਿਟਲਰ ਤੋਂ ਵੀ ਵੱਧ, ਸਾਹ ਮੈਂ ਨੀ ਲੈ ਸਕਦੀ, ਫੋਨ ਕੋਈ ਫੋਨ ਆ ਜਾਵੇ ਚਿਹਰੇ ਦਾ ਰੰਗ ਬਦਲ ਜਾਂਦਾ, ਡਰ ਡਰ ਕੇ ਸੁਣਦੀ ਹੈ, ਅੱਕ ਜਾਂਦਾ ਤੂੰ ਮੇਰੇ ਤੇ, ਤੇਰਾ ਆਪਣਾ ਫੋਨ ਆਵੇ ਸੀ ਘੰਟਾ ਘੰਟਾ ਖਿੜ ਖਿੜ, ਤੇਰੇ ਸੈਮੀਨਾਰ ਨੀ ਤੇਰੇ ਮੁੱਕਦੇ, ਮੇਰੇ ਮੋਬਾਈਲ ਸੈੱਟ ਤੇ ਲੱਗੀ ਅਲਾਰਮ ਦੀ ਰਿੰਗ ਵੀ ਤੈਨੂੰ ਹਾਕਲ ਬਾਕਲ ਕਰ ਦਿੰਦੀ ਹੈ, ਦਿਮਾਗ ਪਾਗਲ ਕਰਦਾ ਤੂੰ ਮੇਰਾ, ਸਾਈਕੈਟ੍ਰਿਕ ਪੇਸ਼ੈਂਟ ਮੈਨੂੰ ਬਣਾ ਦਿੱਤਾ, ਨੀਲੂ ਬੋਲਦਿਆਂ ਬੋਲਦਿਆਂ ਦੁਸਤ, ਮੈਂ ਹੁਣ ਖੜਾ ਫਸ, ਹਿਟਲਰ ਕਿੱਥੋਂ ਆਵੜਿਆ ਮੇਰੇ ਚ, ਤੂੰ ਮੇਰਾ ਰੀਤ ਹੈ, ਮੇਰੇ ਸਮੀਤ ਦਾ ਬਾਪ, ਦੱਸ ਮੈਨੂੰ, ਦੱਸ ਤਾਂ ਸਹੀ ਕਿਹੜਾ ਹੋਊਗਾ ਜਿਹੜਾ ਤੈਨੂੰ ਵੱਢਣ ਲੱਗਿਆ ਹੈ, ਮੇਰੇ ਨਾਲ ਗਲਤ ਆ ਸਹੀ, ਇਹਦਾ ਜਵਾਬ ਕੋਈ, ਰਾਤ ਜਦੋਂ ਵੀ ਦੇਰ ਨਾਲ ਘਰ ਪੜਦਾ ਨੀਲੂ ਪਹਿਲਾਂ ਸਵਾਲ ਇਹ ਪੁੱਛਦਾ, ਰੋਟੀ ਖਾ ਲਈ, ਨਹੀਂ ਉਡੀਕ ਕਰਦੀ ਸੀ ਥੋੜੀ, ਖਾ ਲੈਣੀ ਸੀ, ਤੈਨੂੰ ਪਤਾ ਤਾਂ ਮੈਂ ਲੇਟ ਫੇਟ ਹੋ ਜਾਂਦਾ, ਕਿਵੇਂ ਖਾ ਲੈਂਦੀ, ਲੰਘਦੀ ਨੀ ਅੰਦਰ, ਜੇ ਕਰਦੀ ਸਮੀਤ ਨਾਲ ਖਾ ਵੀ ਲਵਾਂ ਤੇਰੇ ਆਏ ਤਾਂ ਫੇਰ ਨਾਲ ਖਾਣੀ ਹੁੰਦੀ, ਮੇਰੇ ਲਈ ਕਿਸੇ ਬੀ ਗ੍ਰੇਡ ਹਿੰਦੀ ਫਿਲਮ ਜਾਂ ਸੁਧਾਰ ਕਿਸੇ ਨਾਟਕ ਦੇ ਡਾਇਲੋਗ ਤੋਂ ਵੱਧ ਕੁਛ ਮੈਨੂੰ ਪਤਾ, ਡਾਇਲੋਗ ਬਹੁਤ ਵਧੀਆ ਤੇਰਾ, ਪੁਰਾਣੇ ਫਿਲਮ ਵਿੱਚ ਸ਼ਹੀਦਾ ਰਹਿਮਾਨ ਵੀ ਐਂ ਕਹਿੰਦੀ ਹੁੰਦੀ ਸੀ, ਰੀਤ ਤੇਰੇ ਬਸ ਨੀ, ਤੇਰੇ ਅੰਦਰ ਮਾਰੂ ਥਲ ਬਣਿਆ ਪਿਆ, ਸੁੱਕ ਗਿਆ ਤੂੰ ਅੰਦਰੋਂ, ਜਿਹਨਾਂ ਦੇ ਅੰਦਰ ਮੋਹ ਦੀ ਬੂੰਦ ਨਾ ਬਚੀ ਹੋਵੇ ਉਹੀ ਇਹੋ ਜਿਹਾ ਲੋਕ ਗੱਲ ਕਰ, ਫਿਰ ਮੈਂ ਇਹ ਹੈਰਾਨ ਆ ਵੀ ਤੇਰੇ ਤੇ ਅੰਦਰੋਂ ਤੇਰਾ ਇਨਸਾਨ ਤੇ ਮਰਦ ਜਮਾ ਹੀ ਬਰਾਨ ਹੋ ਗਿਆ ਤੂੰ ਅੰਦਰੋਂ, ਰੋਟੀ ਖਾ ਲਈ ਇੰਨਾ ਹੀ ਤੈਨੂੰ ਪੁੱਛਿਆ, ਗਾਂ ਵਾਲੀ ਤੈਨੂੰ ਫਿਲਮ ਨੀ ਲਿਖਣ ਨੂੰ ਕਿਹਾ, ਤੇ ਮੈਂ ਵੀ ਇਹੀ ਕਹਿਣੀ ਆ ਵੀ ਮੈਂ ਰੋਟੀ ਦਾ ਜਵਾਬ ਦਿੱਤਾ ਕਿ ਰੋਟੀ ਨਹੀਂ ਖਾਧੀ
ਪਰ ਤੇਰੀ ਰੋਟੀ ਪੁੱਛਣ ਤੇ ਮੇਰੀ ਦੱਸਣ ਦੇ ਵਿੱਚ ਬਹੁਤ ਫਰਕ ਆ। ਉਹ ਯਾਰ ਤੂੰ ਤਾਂ ਆਉਂਦੇ ਦੱਸ ਪੈਂਦੀ ਆ, ਪਾਣੀ ਨਾ ਕੋਈ ਧਾਣੀ ਨਾ ਬਾਹਰੋਂ ਬੰਦਾ ਕਲਪਦਾ ਆਉਂਦਾ, ਆਉਂਦੇ ਤੈਨੂੰ ਰੋਟੀ ਉਹ ਪੁੱਛਿਆ, ਹੋਰ ਕੀ ਕਿਹਾ? ਅੱਜ ਤੱਕ ਸਿੱਧਾ ਸਵਾਲ ਕੀਤਾ ਕੋਈ? ਅੱਛਾ ਬਣਾਇਆ ਕੀ ਅੱਜ? ਸਬਜ਼ੀ ਤਾਂ ਬਹੁਤ ਦਿਨਾਂ ਦੀ ਖਤਮ ਹੋ ਗਈ। ਖਤਮ ਹੋ ਗਈ ਕਿਵੇਂ? ਮੁੱਕ ਗਈ ਸਬਜ਼ੀ ਇੰਨੇ ਦਿਨ ਦੀ ਲਿਆਂਦੀ ਹੋਈ, 4 ਕਿਲੋ ਸਬਜ਼ੀ ਐ ਕਿਵੇਂ ਮੁੱਕ ਗਈ 4 ਦਿਨਾਂ ਚ? ਇੱਕ ਜੀ ਆ ਤੁਸੀਂ ਖਾਣ ਵਾਲਾ, ਕੌਣ ਆਇਆ ਸੀ? ਖਾਧੀ ਬਣਾਈ ਨੀ, ਖਰਾਬ ਹੋ ਗਈ। ਸ਼ਿਟ, ਤੱਲੀ ਹੁੰਦੀ ਆ ਬ੍ਰੈਡ ਨੂੰ ਸੌਸ ਲਾ ਕੇ ਖਾ ਖੂ ਲੈਂਦੀ ਆ, ਇਹੀ ਮੈਂ ਕਹਿਣ ਲੱਗਿਆ ਸੀ, ਇਹੀ ਕਹਿੰਦਾ ਸੀ। ਵਾਹ ਹੀ ਕਹਿਣੀ ਆ, ਅਚਾਰ ਦੀ ਫਾੜੀ ਨਾਲ ਅੰਦਰ ਸਿੱਟ ਲੀਆਂ 2 ਬੁਰਕੀਆਂ, ਅੰਬ ਪਾਪੜ ਨਵੰਬਰ ਚ ਮੈਂ ਲਿਆ ਕੇ ਦਿੱਤੇ ਸੀ, ਜਾਂ ਫਿਰ ਉਹ ਖਾ ਲਈ ਆ, ਤੇਰੇ ਬਿਨਾਂ ਕਾਹਦਾ ਸਵਾਦ। ਪਰ ਤੁਹਾਨੂੰ ਮਰਦਾਂ ਨੂੰ ਕੀ ਪਤਾ ਵੀ ਮੇਰੇ ਵਰਗੀਆਂ ਔਰਤੀਆਂ ਜਿਹੜੀਆਂ ਸਾਰੀ ਜ਼ਿੰਦਗੀ ਛਾਨਣੀ ਚੋਂ ਚੰਦ ਵੇਖਦੇ ਲੰਘ ਜਾਂਦੀਆਂ, ਉਹਨਾਂ ਨੂੰ ਸਬਜ਼ੀਆਂ ਤਾਂ ਹੀ ਬਣਾਉਂਦੀਆਂ ਜਦ ਕੋਈ ਖਾਣ ਵਾਲਾ ਹੋਵੇ ਨਾਲ। ਖਾਣ ਵਾਲਿਆਂ ਨੂੰ ਮੈਂ ਕਿਹੜਾ ਕੈਮਰੇ ਲਾਏ ਨੇ, ਖਾ ਖੂ ਜਾਂਦਾ ਹੋਊ ਕੋਈ ਆ ਕੇ। ਮੈਂ ਚੁੱਪ ਕਰ ਗਿਆ। ਜਿਵੇਂ ਦਾ ਤੂੰ ਹੈ ਨਾ ਰੀਤ, ਤੈਨੂੰ ਮਿਲਣੀ ਚਾਹੀਦੀ ਸੀ ਉਹ ਜਿਹੀ ਚੁਸਤ ਚਲਾਕ ਜਿਹੜੀ ਤੈਨੂੰ ਵੇਚ ਕੇ ਖਾਂਦੀ। ਇੱਕ ਉਹ ਮੈਂ ਆ ਜਿਹੜਾ ਕੁਛ ਲਿਆਉਣਾ ਖਾ ਲੈਣੀ ਹੈ, ਜੋ ਕੁਛ ਦਿੰਦਾ ਪਹਿਨ ਲੈਣੀ ਹੈ। ਕੀ ਮੰਗਿਆ ਅੱਜ ਤੱਕ? ਨਾ ਲਿਪਸਟਿਕ ਬਿੰਦੀਆਂ ਇੱਕ ਸਵਾਗਣ ਦੀ ਨਿਸ਼ਾਨੀ ਆ, ਹੋਰ ਤੇਰੇ ਤੋਂ ਲੰਮੀ ਉਮਰ ਦੀ ਤੇਰੀ ਦੁਆ ਕਰਦੀ ਆ। ਕੱਖ ਨੀ ਤੇ ਤੁਮ ਹੋਰ ਦੱਸ, ਆਇਆ ਕੋਈ ਸ਼ੌਕ? ਸ਼ੌਕ ਤਾਂ ਮੁੱਕ ਗਏ, ਸ਼ੌਕ ਤਾਂ ਸਕਾ ਤੇ। ਨੀਲੂ ਦੀਆਂ ਅੱਖਾਂ ਚ ਬਹਿੰਦੇ ਦਰਦ ਦੇ ਦਰਿਆ ਅੱਗੇ ਮੈਨੂੰ ਖੜਨੀ ਹੁੰਦਾ, ਨਮੋਸ਼ੀ ਵੀ ਆਉਂਦੀ। ਹਰ ਗੱਲ ਦਾ ਨਾ ਤੂੰ ਪੁੱਠਾ ਮਤਲਬ ਸਮਝਦੀ, ਮੈਂ ਕੁਛ ਕਹਿਣਾ ਤੂੰ ਕੁਛ ਕਹਿਦੀ ਆ। ਰੀਤ, ਤੇਰੇ ਅੰਦਰ ਨਾ ਰੂੜੀ ਲੱਗ ਗਈ ਬਹੁਤ ਵੱਡੀ ਰੂੜੀ, ਤੇਰੇ ਅੰਦਰ ਸੜਿਆਂਦ ਮਾਰਦੀ ਹੈ। ਇਹਨੂੰ ਰੂੜੀ ਨੂੰ ਚੁੱਕ ਦੇ, ਖਰਾਬ ਹੋ ਜੂ ਸਾਰਾ ਕੁਛ। ਅੱਛਾ, ਮੈਨੂੰ ਹੁਣ ਤੂੰ ਇਹ ਸਿਖਾਵੇਂਗੀ ਪੜ੍ਹੇ ਲਿਖੇ ਨੂੰ, ਦੁਨੀਆਂ ਚ ਸੈਮੀਨਾਰਾਂ ਚ ਬੋਲਣ ਵਾਲੇ ਡਾਕਟਰ ਰੀਤ ਨੂੰ, PhD ਨੂੰ ਤੂੰ ਦੱਸੇਂਗੀ ਕਿ ਮੇਰੇ ਅੰਦਰ ਸੜਿਆਂਦ ਮਾਰਦੀ ਹੈ? ਜਾ ਕੇ ਦੇਖੀ ਸੈਮੀਨਾਰਾਂ ਚ ਲੋਕ ਝੁੱਕ ਝੁੱਕ ਕੇ ਕਿਵੇਂ ਸਲਾਮਾਂ ਕਰ। ਠੀਕ ਆ ਜੀ, ਠੀਕ ਆ, ਬੈਠੋ। ਜਿਵੇਂ ਸਾਰੀ ਮੋਢੇ ਨਾਲ ਮੋਢਾ ਚੋੜ ਚੋੜ ਤੁਰਦੀ ਆ, ਖਸਮ ਦੇ ਉੱਤੇ ਜਿਵੇਂ ਚੜੀ ਜਾਂਦੇ ਆ, ਜਿਵੇਂ ਖਸਮ ਬਿਨਾਂ ਮਿੰਟ ਨਾ ਸਾਰਦੀ। ਬਾਜ਼ਾਰ ਚ ਮੈਨੂੰ ਲੱਗਦਾ ਜਿਵੇਂ ਲੋਕ ਸਾਡੇ ਬਾਰੇ ਗੱਲਾਂ ਕਰਦੇ ਹੁਣ, ਨਾਲ ਤੁਰੀ ਜਾਂਦੀ ਲੱਗਦੀ। ਵਾਹ, ਮੈਂ ਨੀਲੂ ਦੇ ਨਾਲ ਬਾਹਰ ਨਾ ਜਾਂਦਾ ਬਹੁਤ, ਮੈਨੂੰ ਐਂ ਸੀ ਵੀ ਸਿੱਖ ਤੇ ਇਕੱਠ ਚ ਤੁਰੀ ਜਾਂਦੀ, ਇਹਨੂੰ ਕੋਈ ਜਾਣਨ ਵਾਲਾ ਮਿਲ ਕੇ। ਮੈਨੂੰ ਐਂ ਨਾ ਲੱਗੇ ਕਿ ਜਿਹੜਾ ਇਹਦੀ ਜ਼ਿੰਦਗੀ ਚ ਆ ਕਿਤੇ ਉਹਦਾ ਮੂਹਰਿਆ, ਜੇ ਉਹ ਕਹਿੰਦੀ ਕਿਤੇ ਜਾਣ ਨੂੰ ਮੈਂ ਬਹਾਨਾ ਲਾ ਕੇ ਟਾਲ ਦਿੰਦਾ। ਜੋ ਲੋੜ ਵੀ ਜੇ ਪੈ ਜਾਵੇ ਨੇੜੇਲੇ ਸ਼ਹਿਰ ਨੂੰ, ਤਰਜੀਹ ਆਪਣੇ ਸ਼ਹਿਰ ਚ ਨੀਲੂ ਦੇ ਬਰਾਬਰ ਮੈਂ ਤੁਰਦਾ ਹੀ ਨਾ, ਈਣ ਭਾਵਨਾ ਸੀ। ਖਸਮ ਤੋਂ ਬਿਨਾਂ ਤਾਂ ਮਿੰਟ ਨੀ ਇਹ ਸਾਰਦੀ, ਦੂਜੀ ਆਵਾਜ਼ ਮੇਰੇ ਕੰਨ ਚ ਪੈਂਦੀ। ਹੋਰ ਖਸਮ ਤਾਂ ਹਰ ਵਾਰ ਚਾਹੀਦਾ ਹੈ, ਸਾਲਾ ਝੁੱਡੂ ਜਿਹਾ ਹੋਵੇ ਤੇ ਖਹਿ ਖਹਿ ਕੇ ਕਿਵੇਂ ਤੁਰਦਾ, ਅੰਧਾ ਹੋਇਆ ਪਿਆ ਸਾਲਾ ਕਿਤਾਬਾਂ ਪੜ੍ਹਦਾ। ਪਰ ਇਹਨੂੰ ਵੀ ਪਤਾ ਘੋਗੜ ਜੇ ਇਹਨੂੰ ਇਹਦਾ ਕੀ ਹੈ, ਤਾਂ ਸਾਲਾ ਸੈਮੀਨਾਰਾਂ ਜੋਗਾ ਹੀ ਹੈ, ਚੱਕ ਕੇ ਬੈਗ ਕਦੇ ਉੱਧਰ ਨੂੰ ਤੁਰ ਗਿਆ ਕਦੇ ਉੱਧਰ ਨੂੰ, ਕਿਤਾਬਾਂ ਜੋਗਾ ਹੀ ਹੈ। ਝੁੱਡੂ ਢੱਕ ਕੇ ਬੰਗਾਲੇ ਤੁਰਿਆ ਫਿਰਦਾ ਗਿਆਨ ਦੀ ਨੁਮਾਇਸ਼ ਲੈਣ ਨੂੰ, ਇਹ ਪਿੱਛੋਂ ਆਪਣਾ ਮੌਜਾਂ ਕਰਦੀ ਹੈ। ਚਲੋ ਵਧੀਆ ਵਧੀਆ, ਉੱਚੀਆਂ ਆਵਾਜ਼ਾਂ ਮੇਰੇ ਕੰਨਾਂ ਨੂੰ ਪਾੜਦੀਆਂ ਜਿਵੇਂ ਰੇਹੜੀ ਵਾਲਾ ਕੋਈ ਲਾਟਰੀ ਦੀ ਟਿਕਟ ਵੇਚਦਾ। ਮੈਂ ਤੁਰੀ ਆਉਂਦੀ ਨੀਲੂ ਵੱਲ ਵੇਖਦਾ, ਸਹਿਜ ਆ, ਸ਼ਾਂਤ ਹੈ। ਤੇ ਆ ਲਾਟਰੀ ਵਾਲੇ ਆਥਣ ਤੱਕ ਪਤਾ ਨੀ ਕਿੰਨਿਆਂ ਕੁ ਨੂੰ ਕਰੋੜਪਤੀ ਬਣਾ ਦਿੰਦੇ। ਉਹਨੇ ਵੀ TV ਦੀ ਗੱਲ ਕੀਤੀ, ਬਣਨਾ ਤੂੰ ਵੀ ਕਰੋੜਪਤੀ? ਮੈਂ ਵਿਅੰਗ ਕੀਤਾ, ਪਤਾ ਕਰਾਂ ਵੀ ਕੋਈ ਅਮੀਰ ਤਾਂ ਨੀ। ਔਰਤ ਕੋਲ ਨਾ ਉਹਦਾ ਪਤੀ ਹੋ ਗਿਆ ਰੀਤ, ਇੰਨਾ ਹੀ ਬਹੁਤ। ਬਸ ਜਦ ਮੈਂ ਇਹ ਗੱਲ ਕੀਤੀ ਕਰੋੜ ਕੇ, ਤੇ ਅੱਜ ਮੈਂ ਤੁਰੇ ਜਾਂਦੇ ਨੇ ਸੜਕ ਤੇ, ਬਹੁਤ ਫਸਿਆ ਸੀ ਕਾਰ ਚ। ਸਾਡੀ ਜਾਣ ਪਛਾਣ ਵਾਲਾ ਇੱਕ ਚੱਲਦਾ ਫਿਰਦਾ ਪੱਤਰਕਾਰ ਆਪਣੀ ਅਸਲੋਂ ਨਵੀਂ ਬਣੀ ਦੋਸਤ ਨੂੰ ਬਿਠਾਈ, ਕੋਲ ਦੀ ਲੰਘ ਗਿਆ। ਤੁਹਾਡਾ ਇਹ ਦੋਸਤ ਹੁਣ ਆ ਵਕੀਲਣੀ ਨੂੰ ਨਾਲ ਟੰਗੀ ਫਿਰਦਾ, ਸ਼ਰਮ ਨੀ ਆਉਂਦੀ ਇਹਨੂੰ? ਬਰਾਬਰ ਦੇ ਜਵਾਕ ਹੋ ਗਏ ਇਹਨੂੰ, ਮੈਨੂੰ ਤਾਂ ਦੀਦੀ ਤੇ ਤਰਸ ਆਉਂਦਾ, 40-40 ਸਾਲਾਂ ਚ ਬੁੱਢੀ ਲੱਗਣ ਲੱਗ ਗਈ, ਹੁਣ ਔਰਤ ਵੀ ਕੀ ਕਰੇ, ਕਿੱਥੇ ਕਿੱਥੇ ਬੰਦੇ ਦੀ ਰਾਖੀ ਕਰ ਲੂ? ਨੀਲੂ ਅੱਜ ਬੋਲੀ, ਮੈਨੂੰ ਲੱਗਦਾ ਮਗਰਲੀ ਗੱਲ ਨੀਲੂ ਨੇ ਮੈਨੂੰ ਸੁਣਾ ਕੇ ਸੈਮੀਨਾਰਾਂ ਦੇ
ਘਰੋਂ ਬਾਹਰ ਮੇਰੇ ਵਾਲੇ ਤਾਂ ਨੀ ਸੋਚ ਪਾਰਕਿੰਗ ਚ ਅੱਜ ਗੱਡੀ ਖੜੀ ਕੀਤੀ ਫਸਿਆ ਹੋਇਆ ਸੀ ਨੀਲੂ ਸੀਟ ਦੀ ਢੋ ਨਾਲ ਸਿਰ ਲਾ ਲੈਂਦੀ ਸੋਚਦੀਆਂ ਕੁਝ ਨੀ ਬਸ ਮੇਰੇ ਕੋਲ ਇਹੋ ਜਿਹੀਆਂ ਗੱਲਾਂ ਲਈ ਵਕਤ ਨੀ ਸੋਚਣੀ ਮੈਂ ਤਾਂ ਸੋਚਦੀ ਬਾਹਰ ਗਿਆ ਬੰਦਾ ਸੁੱਕੀ ਸੰਦੀ ਘਰੇ ਆ ਜਾਵੇ ਸਵੇਰ ਸਾਹਮਣ ਸਵੇਰੇ ਤੇ ਅੱਥ ਨੇ ਅਰਦਾਸ ਕਰਦੀਆਂ ਤੁਸੀਂ ਘਰੇ ਆ ਜਾਓ ਬਸ ਮੈਨੂੰ ਕਿਸੇ ਵਿਦਵਾਨ ਦੇ ਕਹੇ ਵਿਚਾਰ ਯਾਦ ਆ ਕਿ ਔਰਤ ਦਾ ਸਭ ਤੋਂ ਖੂਬਸੂਰਤ ਹਾਰ ਸ਼ਿੰਗਾਰ ਉਹਦਾ ਧੀਰਜ ਦਿਮਾਗ ਤੇ ਜ਼ੋਰ ਪਾਉਣਾ ਵਿਦਵਾਨ ਦਾ ਨਾਂ ਨੀ ਜਾਂ ਉਹਦਾ ਡੀਸੀ ਦਫ਼ਤਰ ਵਾਲੇ ਮਿੱਤਰ ਜਗਵੀਰ ਵੱਲ ਖਿਆਲ ਚੱਲਣਾ ਜਿਹਦੀ ਸਟੈਨੋ ਪਰਨੀ ਆਏ ਦਿਨ ਕੋਈ ਨਾ ਕੋਈ ਸਿਆਪਾ ਖੜਾ ਕਰਦੀ ਤਲਾਕ ਤੱਕ ਨੌਬਤ ਆ ਗਈ ਜਗਵੀਰ ਪ੍ਰਤੀ ਸਟੈਨੋ ਦੀਆਂ ਸ਼ਿਕਾਇਤਾਂ ਬੜੀ ਅਜੀਬ ਹੁੰਦੀਆਂ ਉਹ ਕਹਿੰਦੀ ਇਹਦੇ ਕੋਲੋਂ ਪਤਾ ਨੀ ਹੋਰੇ ਕਿਸਮ ਦਾ ਮੁਸ਼ਕ ਆਉਂਦਾ ਇਹ ਪਰਫਿਊਮ ਦੀ ਜਿਹੜੀ ਇਹਦੀ ਫਲੇਵਰ ਚੋਂ ਇਹਦੇ ਇਹ ਤਾਂ ਪਰਫਿਊਮ ਹੀ ਨੀ ਮੇਰੇ ਕੋਲ ਜਿਹੜਾ ਇਹਦੇ ਚੋਂ ਸਮੈਲ ਆਉਂਦੀ ਉਹ ਤਾਂ ਘਰ ਚ ਇਹਦੀ ਹਰ ਵਾਰ ਜਗਵਾਨ ਜਾਂ ਜਗਵੀਰ ਵੜਦਾ ਉਹਦੀਆਂ ਝੱਗੇ ਉਹਦੇ ਪੱਗ ਉਹਦਾ ਪਰਫਿਊਮ ਉਹ ਗ੍ਰਹਿਸਤੀ ਜੀਵਨ ਗੱਡੀ ਗੱਡੀ ਵਿਸ਼ਵਾਸ ਦੇ ਸਾਰੇ ਚੱਲਦੇ ਆ ਵਰਨਾ ਕੋਈ ਰਾਖੀ ਕਰ ਸਕਦਾ ਮੈਂ ਅੱਜ ਕਿਹਾ ਨੀਲੂ ਸਿੱਧਾ ਮੇਰੀ ਅੱਖਾਂ ਚ ਆ ਗਿਆ ਮੈਂ ਨਿਰੁੱਤਰ ਮੈਨੂੰ ਪਤਾ ਨਾ ਲੱਗੇ ਆਦਮੀ ਆਪਣੇ ਨਾਲ ਹੋਈ ਵਧੀਕੀ ਭੁੱਲ ਜਾਂਦਾ ਪਰ ਮਾਫ਼ ਨੀ ਕਰਦਾ ਔਰਤ ਮਾਫ਼ ਕਰਦੀ ਆ ਪਰ ਭੁੱਲਦੀ ਪਤਾ ਨੀ ਕਿਹੜਾ ਵਿਦਵਾਨ ਮੇਰੇ ਅੰਦਰ ਬੋਲਦਾ ਸ਼ਾਇਦ ਰੱਬ ਚਾਹੁਣ ਹੈ ਜਾਂ ਕਿੰਨੇ ਵਿਦਵਾਨ ਮੇਰੇ ਅੰਦਰ ਬੈਠੇ ਮੰਡਾ ਫਰਾਇਡ ਹੈ ਵਾਲਟੇਰਾ ਬਾਦਸ਼ਾਹ ਮੈਂ ਕਿੱਧਰ ਗੁਆਚ ਕੇ ਨੀਲੂ ਦੇ ਬੋਲ ਮੈਨੂੰ ਵਾਪਸ ਗੱਡੀ ਚ ਲੈ ਕੇ ਆਉਂਦੇ ਮੈਂ ਬ੍ਰੇਕ ਲੱਗ ਗਈ ਗੱਡੀ ਇੱਕ ਪਾਸੇ ਲਾ ਨੀਲੂ ਤੈਨੂੰ ਨੀ ਲੱਗਦਾ ਮੈਂ ਲੋੜੋਂ ਵੱਧ ਸ਼ੱਕੀ ਆ ਹਰ ਵਕਤ ਨੈਗੇਟਿਵ ਹੀ ਨੈਗੇਟਿਵ ਮੇਰੀ ਆਵਾਜ਼ ਚ ਅੱਜ ਠੀਕ ਸੀ ਮੈਂ ਵੀ ਸ਼ੱਕੀ ਆ ਤੂੰ ਬਾਹਰੋਂ ਕਿਤੋਂ ਆਵਾ ਆਨੇ ਬਹਾਨੇ ਤੈਨੂੰ ਸੁੰਘਦੀ ਆ ਕਿਸੇ ਸਾਹਾਂ ਦੀ ਮਹਿਕ ਕਿਸੇ ਪਸੀਨੇ ਦੀ ਗੰਧ ਕਿਸੇ ਲਿਪਸਟਿਕ ਲੱਗੇ ਬੁੱਲਾਂ ਦੇ ਨਿਸ਼ਾਨ ਕੱਪੜਿਆਂ ਤੇ ਡਿੱਗੀਆਂ ਵਾਲਾਂ ਦੀਆਂ ਲਿੱਟਾਂ ਤੇਰਾ ਰੁਮਾਲ ਤੇਰਾ ਪਰਸ ਤੇਰੀ ਗੱਡੀ ਲੈਪਟਾਪ ਮੋਬਾਈਲ ਗੱਲ ਕੀ ਹਰ ਚੀਜ਼ ਚੱਕਣ ਦੀ ਕੋਸ਼ਿਸ਼ ਕਰਦੀ ਰਹਿਣੀ ਹੈ ਮੈਂ ਅਵਾਕ ਨੀਲੂ ਵੱਲ ਵੇਖਦਾ ਰਹਿਣੀ ਇਹ ਕੀ ਕਹਿੰਦੀ ਪਰ ਰੀਤ ਜਦ ਤੂੰ ਸ਼ੱਕੀ ਹੋਇਆ ਹੁੰਦਾ ਨਾ ਮੈਨੂੰ ਬਹੁਤ ਚੰਗਾ ਲੱਗਦਾ ਬਹੁਤ ਪਿਆਰਾ ਲੱਗਦਾ ਤੇਰਾ ਤਿਓ ਮੈਨੂੰ ਉਸ ਸਮੇਂ ਬਹੁਤ ਆਉਂਦਾ ਮੇਰਾ ਖਿਆਲ ਹੈ ਬੰਦੇ ਨੂੰ ਸ਼ੱਕੀ ਹੋਣਾ ਵੀ ਚਾਹੀਦਾ ਮਨੁੱਖ ਜਿਹਨੂੰ ਸਭ ਤੋਂ ਵੱਧ ਪਿਆਰ ਕਰਦਾ ਉਹਦੇ ਬਾਰੇ ਸ਼ੱਕੀ ਹੁੰਦਾ ਉਸ ਉੱਪਰ ਕੀ ਉਹਦੇ ਤੇ ਕਿਣਕਾ ਮਾਤਰ ਵੀ ਅਧਿਕਾਰ ਉਹ ਬਰਦਾਸ਼ਤ ਨਹੀਂ ਕਰ ਸਕਦਾ ਕਿਸੇ ਦਾ ਮਨੁੱਖ ਜਿਹਨੂੰ ਨਫ਼ਰਤ ਕਰਦਾ ਉਹਦੇ ਬਾਰੇ ਕੀ ਸ਼ੱਕ ਕਰੂਗਾ ਨੀਲੂ ਨੇ ਜਦ ਇੱਕ ਗੱਲ ਪਰਾਂ ਕੀਤੀ ਨੀਲੂ ਤੋਂ ਅੱਖ ਬਚਾ ਕੇ ਅੱਖਾਂ ਚੋਂ ਆਏ ਹੰਝੂ ਬਾਹਰਲੇ ਬੰਨੇ ਝਾਕਦੇ ਸ਼ੀਸ਼ੇ ਤੇ ਪਿੱਛੇ ਗਰਦਨ ਤੇ ਖਾਜ ਕਰਦੇ ਪਰਲੇ ਪਾਸੇ ਨੂੰ ਮੂੰਹ ਕਰਕੇ ਹੰਝੂ ਸਿੱਟੇ ਮੈਂ ਕਹਿ ਰਿਹਾ ਸੀ ਕਾਸ਼ ਜਿਵੇਂ ਦਾ ਤੂੰ ਸੋਚਦੀਆਂ ਮੈਂ ਵੀ ਉਵੇਂ ਦਾ ਪਰ ਮੈਂ ਬਹੁਤ ਕਮੀਨ ਹਾਂ ਨੀਲੂ ਤੋਂ ਮੈਂ ਮੂੰਹ ਪਰਾਂ ਕਰਕੇ ਰੋ ਰਿਹਾ ਸੀ ਹੰਝੂ ਦੜਾ ਦੜ ਡਿੱਗ ਰਹੇ ਸੀ ਨੀਲੂ ਨੇ ਮੇਰੀ ਮੋਢੇ ਤੇ ਹੱਥ ਰੱਖ ਕੇ ਮੇਰਾ ਮੂੰਹ ਬਹੁਤ ਘੁੱਟ ਕੇ ਗਲਬਕ ਕਮੀਨਾ ਹੋਣ ਤੇ ਹਲੇ ਵੀ ਮੈਨੂੰ ਆਪਣੇ ਆਪ ਤੇ ਸ਼ਰਮ ਇੱਕ ਵੱਜ ਕੇ 47 ਮਿੰਟ ਹੋਇਆ ਜੀ ਬਹੁਤ ਵਧੀਆ ਕਹਾਣੀ ਗੁਰਮੀਤ ਕੜਿਆਲ ਵੀ ਨੇ ਲਿਖੀ ਹੈ ਸ਼ੱਕ ਨਰਕ ਬਣਾ ਰਿਹਾ ਲੋਕਾਂ ਦੀ ਜ਼ਿੰਦਗੀ ਨੂੰ ਸ਼ੱਕ ਤੇ ਬੰਦੇ ਇਸਤਰੀਆਂ ਤੇ ਇਸਤਰੀਆਂ ਬੰਦਿਆਂ ਤੇ ਸ਼ੱਕ ਘੰਟੇ ਟਾਈਮ ਸਕੂਲ ਤੇ ਕਿੰਨੇ ਵਜੇ ਜਵਾਕ ਚੱਕਣ ਗਈ ਹੈ ਘਰ ਤੋਂ ਸਕੂਲ ਦਾ GPS ਦੇਖੋ ਕਿੰਨਾ ਟਾਈਮ ਲੱਗਦਾ ਟ੍ਰੈਫਿਕ ਤਾਂ ਹੈ ਨੀ 8 ਮਿੰਟਾਂ ਚ ਮੁੜਨੀ ਚਾਹੀਦੀ ਹੈ 18 ਮਿੰਟ ਕਿੱਥੇ ਹੋ ਗਏ 10 ਮਿੰਟ ਕਿੱਥੇ ਖੜ ਗਈ ਪੈਰਲ ਲਾ ਕੇ ਪਾਰਕਿੰਗ ਤਾਂ ਨੀ ਗੱਲਾਂ ਕਰਦੀ ਜਵਾਕ ਨਾਲ ਆ ਜਵਾਕ ਨੂੰ ਕੀ ਪਤਾ ਲੱਗ ਜੂ ਜਵਾਕਾਂ ਨੂੰ ਕਿਤੇ ਪਤਾ ਲੱਗਣ ਦਿੰਦੀਆਂ ਇਹ ਕਹਾਣੀਆਂ ਸੁਣੀਆਂ ਹੋਈਆਂ ਮੈਂ ਦੱਸਿਆ ਹੋਇਆ ਲੋਕਾਂ ਨੇ ਫੋਨ ਕਰਕੇ ਵੀ ਆਹ ਹਾਲ ਹੈ ਘਰ ਵਾਲਾ ਹੈ ਨੀ ਤਾਂ ਸੱਸ ਬੈਠੀ ਹੈ ਥਾਣੇਦਾਰ ਬਣੀ ਉਹ ਲਿਖਦੀ ਹੈ ਟਾਈਮ ਕਾਪੀ ਡਾਇਰੀ ਆਏ ਨੂੰ ਉਹ ਦੱਸਦੀ ਹੈ ਇੱਕ ਇੱਧਰ ਹੈ ਦੂਜੇ ਬੰਨੇ ਉਹ ਜਿਹੜੀਆਂ ਦਰਵਾਜ਼ੇ ਚ ਖੜਾ ਕੇ ਬੰਦੇ ਨੂੰ ਦੇਖਦੀਆਂ ਨੇ ਦੇਖ ਤਾਂ ਮੋਢੇ ਤੇ ਕੋਈ ਕੱਟਿਆ ਹੋਇਆ ਵਾਲ ਤਾਂ ਨੀ ਹੈ ਮੇਰੇ ਤਾਂ ਕੁੱਤਾ ਪੂਰੀ ਦੇਖ ਤਾਂ ਗਰਦਨ ਤੇ ਕਿਤੇ ਲਿਪਸਟਿਕ ਦੇ ਨਿਸ਼ਾਨ ਤਾਂ ਨੀ ਕੋਈ ਝੱਗੇ ਤੇ ਦੇਖ ਹੈ ਕੋਈ ਨਿਸ਼ਾਨ ਮਹਾਰਾਜ ਸੁੰਘ ਕੇ ਦੇਖ ਤਾਂ ਜਾਂ ਬਾਕੀ ਰਾਤ ਨੂੰ ਪਤਾ ਲੱਗ ਜੂ ਕੀ ਕਹਾਣੀ ਹੈ
समाज दे विच हुंदियां चीजां जिहड़ियां कहानीकार लिखदे आ, जिहड़े घर नूं बनाउण दे लई, जिहड़े घर नूं चलाउण लई मियां बीवी दोने तड़फदे फिरदे आ, कमाउंदे फिरदे आ, जदों छत थल्ले आउंदे आ उत्थे जद कलेश ते शक इक दूजे ते, उहदे च की रहिणा, कख नहीं है, उह नरक है। ਉਹ ਅੱਜ ਟੁੱਟਿਆ, ਕੱਲ ਟੁੱਟਿਆ, ਪਰਸੋਂ ਟੁੱਟਿਆ, ਤੇ ਉਹ ਟੁੱਟਣਾ। ਦੋਨੇ ਪਾਸੇ ਕਹਾਣੀ ਹੈ, ਜਿਹਨੂੰ ਚਾਰ ਖੂੰਜੇ ਪਰੌਂਠੇ ਘਰੇ ਖਾਣ ਨੂੰ ਮਿਲਣ, ਉਹ ਬਾਹਰਲੇ ਬੁਸੇ ਹੋਏ ਨਾਂ ਨਹੀਂ ਖਾਂਦਾ। ਇਕੱਲੇ ਪਾਸੇ ਨਹੀਂ ਇਹ ਕਹਾਣੀ, ਮਰਦ ਤੇ ਇਸਤਰੀ ਦੋਨਾਂ ਪਾਸੇ ਹੈ। ਜੇ ਬੰਦਾ ਘਰੋਂ ਰੱਜ ਕੇ ਕੁੱਖ ਕੱਢ ਕੇ ਜਾਊ, ਉਹ ਬਾਹਰਲੇ ਦਾ ਚਾਰ ਨਾਲ ਕਿਉਂ ਮੂੰਹ ਲਵੇੜੂ? ਇਸਤਰੀ ਦੇ ਵੀ, ਬੰਦੇ ਦੀ ਵੀ, ਦੋਨਾਂ ਦੀ ਮੈਂ ਗੱਲ ਕਰ। ਬਹੁਤ ਕੁਝ ਜਦ ਫੋਨ ਤੇ ਇਹ ਗੱਲ ਹੋਣ ਲੱਗ ਜਾਵੇ ਇੱਕ ਦੂਜੇ ਨਾਲ, ਕਿੱਥੇ ਆ ਬਸ, ਫਿਰ ਤੁਸੀਂ ਗਏ, ਅਬਾਊਟ ਟੂ ਗੋ ਘਰੇ, ਆਈ ਕਲਾਊਡ, ਸੈਮਸੰਗ, ਗੂਗਲ ਦੇਖ, ਗੱਡੀ ਕਿੱਥੇ ਫਿਰਦੀ ਹੈ, ਗੱਡੀ ਕਿੱਥੇ ਖੜੀ ਹੈ, ਆਹ ਜਗ੍ਹਾ ਤੇ ਕਿਹਦਾ ਘਰ ਹੈ ਜਿੱਥੇ ਗੱਡੀ ਖੜੀ ਹੈ, ਆ ਕੁਛ ਪੈਸੇ ਧੇਲੇ ਵਾਲੇ ਜਿਹਨਾਂ ਕੋਲ ਚਾਰ ਪੈਸੇ ਹੋ ਗਏ ਉਹ ਗੁਲਾਮੀ ਚ ਜਾ ਵੜੇ, ਉਹ ਕਹਿੰਦੇ ਜੇ ਘਰ ਟੁੱਟਦਾ ਪੈਸੇ ਜਾਂਦੇ ਨੇ, ਤੇ ਉਹ ਪੈਸੇ ਇਕੱਠੇ ਕਰਨ ਲਈ ਸੰਤਾਪ ਵੀ ਭੋਗਿਆ, ਜਵਾਨੀ ਦਾ ਸਮਾਂ ਵੀ ਕੱਢ ਲਿਆ, ਇੱਕ ਦੂਜੇ ਤੋਂ ਦੂਰੋਂ ਵਿਛੜੇ ਵੀ ਰਹੇ, ਉਮਰ ਲੰਘ ਗਈ, ਜਦ ਹੁਣ ਪੈਸੇ ਹੋ ਗਏ ਤਾਂ ਫਿਰ ਇੱਕ ਦੂਜੇ ਤੇ ਕਬਜ਼ੇ ਦੀ ਕਹਾਣੀ ਸ਼ੁਰੂ ਹੋ ਗਈ। ਇੱਧਰ ਨੂੰ ਕਮਿਊਨਿਟੀ ਚੱਲੀ, ਮੁੰਨ ਦੀ ਲੋੜ ਹੈ, ਵਿਸ਼ਵਾਸ ਦੇ ਨਾਲ ਇਹ ਜ਼ਿੰਦਗੀ ਆ, ਕੱਖ ਨਹੀਂ ਹੈ ਇਸ ਦਾ। ਜਿਹੜੀਆਂ ਇਸਤਰੀਆਂ ਆਪ ਪਾ ਕੇ ਕੱਪੜੇ ਸੋਚਦੀਆਂ ਨੇ ਵੀ ਬਾਹਰ ਤਾਂ ਸੜਕ ਤੇ ਲਾਈਨ ਚ ਬਿਨਾਂ ਕੱਪੜੇ ਵਾਲੀਆਂ ਖੜੀਆਂ ਨੇ, ਮੇਰੇ ਵਾਲੇ ਨੇ ਜਾਣਾ ਤਾਰ ਛਾਲ ਮਾਰ ਕੇ ਇਹਨਾਂ ਨਾਲ ਬਹਿ ਜਾਣਾ, ਉਹਨਾਂ ਨੂੰ ਸ਼ੀਸ਼ੇ ਚ ਖੜਨ ਦੀ ਲੋੜ ਆ। ਜਿਹੜਾ ਬੰਦਾ ਇਹ ਸੋਚਦਾ ਵੀ ਬਸ ਗਈ, ਇਹਨੇ ਗੱਡੀ ਖੜਾਉਣੀ ਆ, ਉਹਦੇ ਚ ਫੋਨ ਰੱਖ ਦੇਣਾ ਤੇ ਬੰਦੇ ਨਾਲ ਬਹਿ ਜਾਣਾ, ਕਿੱਧਰ ਨੂੰ ਤੁਰੇ ਹੋਏ ਆ ਅਸੀਂ? ਕੀ ਕਹਾਣੀ ਚੱਲਦੀ ਹੈ? ਪੰਜ ਪੰਜ ਜਣੇ ਹੁੰਦੇ, ਇੱਕ ਭਾਈ ਵਿਆਹਿਆ ਹੁੰਦਾ, ਚਾਰ ਭਾਈ ਵਿਆਹੇ ਨਹੀਂ ਸੀ ਹੁੰਦੇ, ਪਰ ਉਹ ਭਾਈ ਦੇ ਧੀਆਂ ਪੁੱਤਾਂ ਨੂੰ ਆਪਣੇ ਧੀ ਪੁੱਤਾਂ ਵਾਂਗੂ ਰੱਖਦੇ। ਕਦੇ ਉਹਨਾਂ ਨੇ ਚਾਰ ਸਿਆੜਾਂ ਦੀ ਨਹੀਂ ਸੀ ਗੱਲ ਕੀਤੀ ਵੀ ਮੇਰਾ ਕਿਹੜਾ ਹੈ, ਸਾਡਾ ਕੀ ਲੱਗਦਾ, ਉਹ ਕਹਿੰਦਾ ਖੂਨ ਆ ਭਾਈ ਦੇ ਨੇ ਤਾਂ ਸਾਡੇ ਹੀ ਨੇ। ਇੱਕ ਇੱਕ ਮਤਵੰਨਾ ਬਣਾ ਲੈਂਦਾ, ਇੱਕ ਇੱਕ ਨਾਲੇ ਪਿਆਰ ਹੁੰਦਾ, ਇੱਕ ਇੱਕ ਰੋਟੀ ਪਾਣੀ ਦੇਣ ਲੱਗ ਜਾਂਦਾ, ਇੱਕ ਇੱਕ ਨਾਲੇ ਤੇ ਉਹ ਹੋ ਜਾਂਦਾ। ਕਿੱਥੋਂ ਤੁਰੀ ਹੋਈ ਕਮਿਊਨਿਟੀ, ਕਿੱਥੇ ਪੈਸੇ ਧੇਲੇ ਚ? ਡਿਵੋਰਸ ਤਾਂ ਹੁਣ ਮਜ਼ਾਕ ਹੋ ਗਿਆ, ਕਰ ਦੋ ਸੈਪਰੇਸ਼ਨ ਆ ਇੱਕ ਸਾਲ ਦੀ ਤੇ ਉਹਦੇ ਬਾਅਦ ਡਿਵੋਰਸ। ਕਈ ਸਰੀਰ ਦੇ ਤੌਰ ਤੇ ਧੱਕਾ ਕਰਦੇ ਨੇ ਵੀ ਇਹ ਧੱਕੇ ਦੇ ਨਾਲ ਮੈਂ ਖੜਾ ਲੂੰ, ਸ਼ੱਕ ਕਰਦੇ ਨੇ। ਜਨਾਨੀ ਆਪਣੀ ਨੂੰ, ਇਸਤਰੀ ਆਪਣੀ ਨੂੰ ਕੁੱਕਰਾਂ ਦੇ ਬਰਾਬਰ ਸ਼ਬਦ ਦਿੰਦੇ ਨੇ। ਸ਼ੀਸ਼ੇ ਚ ਖੜ ਕੇ ਤਾਂ ਵੇਖਿਓ ਕਦੇ, ਕਿਹੜੀ ਨਸਲ ਚੋਂ ਬੰਦਿਆਂ ਦੇ ਚੋਂ ਆਉਂਦੇ ਹੋ ਤੁਸੀਂ? ਸਮਝਦੇ ਹੋ ਆਪਣੇ ਆਪ ਨੂੰ ਬੰਦਾ? ਤੁਹਾਡੀ ਜਵਾਕਾਂ ਦੀ ਮਾਂ ਜਿਹੜੀ ਤੁਹਾਡਾ ਸਾਰਾ ਕੁਛ ਸਾਂਭੀ ਬੈਠੀ ਹੈ, ਪੰਜ ਪੰਜ ਸੱਤ ਸੱਤ ਦਿਨ ਤੁਸੀਂ ਘਰੇ ਨਹੀਂ ਆਉਂਦੇ, ਤੁਹਾਡੀ ਜਗ੍ਹਾ ਉਹ ਕੱਲੀ ਸੌਂਦੀ ਆ ਰਜਾਈ ਚ ਇਕੱਠੀ ਹੋ ਕੇ, ਤੇ ਬੰਦਾ ਆ ਕੇ ਦੇਖਦਾ ਵੀ ਦੇਖ ਤਾਂ ਕੱਪੜੇ ਤੇ ਜਵਾਕ। ਆ ਕਹਾਣੀ ਚ ਪੁੱਛਦਾ ਸਮੀਤ ਨੂੰ ਅੱਧੀ ਰਾਤ ਜਗਾ ਕੇ, ਅੰਕਲ ਕੌਣ ਆਇਆ ਸੀ ਜਵਾਕ? ਕਹਿੰਦਾ ਕੋਈ ਨੀ ਆਇਆ ਥਾ ਡੈਡੀ ਤੇ, ਉਹ ਆਏ ਨੀ ਸੀ ਮਾਮੂ ਉਹਨਾਂ ਦੇ ਨਾਲ ਤਾਂ ਕੋਈ ਜਗੜ ਹੈ। ਜ਼ਿੰਦਗੀ ਜਿਹੜੀ ਗੁਲਾਮੀ ਥੋੜਾ, ਜ਼ਿੰਦਗੀ ਜਿਉਣ ਦਾ ਨਾਂ ਹੈ। ਕਈਆਂ ਦਾ ਬੇਜੋੜ ਵਿਆਹ ਨੇ, ਬਾਰਾਂ ਪੰਦਰਾਂ ਸਾਲ ਬੁੜੇ ਹੋ ਗਏ, ਹੁਣ ਜੇ ਜਨਾਨੀ ਘਰ ਵਾਲੀ ਸੁਨੱਖੀ ਆ ਤੇ ਤਕੜੀ ਆ, ਵੀਹ ਸਾਲ ਛੋਟੀ ਆ, ਉਹਨੇ ਤਕੜੀ ਹੋਣਾ ਹੀ ਆ, ਉਹਨੂੰ ਸੂਈ ਦੇ ਨੱਕੇ ਥੀ ਨਿੱਤ ਕੱਢਦੇ। ਸ਼ੱਕ, ਬੋਲਣਾ ਬਦਮਗਜ਼ੀ, ਬੋਲਣਾ ਨੀ, ਪਤਾ ਨੀ ਕੀ ਬੋਲਣਾ, ਇਹੋ ਨੀ ਸੋਚਣਾ ਕਿ ਮੇਰਾ ਘਰ, ਕਈਆਂ ਨੂੰ ਮੇਰੇ ਅਰਗਿਆਂ ਨੂੰ ਸਾਈਨ ਨੀ ਕਰਨੇ ਆਉਂਦੇ ਦਸਤਖਤ ਤੇ, ਭਰਨਾ ਨੀ ਆਉਂਦਾ, ਚੈੱਕ ਫੜਾ ਕਹਿੰਦੇ ਤੂੰ ਹੀ ਭਰ ਲਾ ਯਾਰ, ਅਗਲਾ ਕਹਿੰਦਾ ਕਿੰਨਾ ਮਾਣ ਕਰਦਾ ਪਰ ਭਰਨਾ ਨੀ ਆਉਂਦਾ ਹੁੰਦਾ। ਤਿਆਰੀ ਕਰਾਉਣੀ, ਕੱਪੜਾ ਲੱਤਾ ਦੱਸਣਾ ਇਸਤਰੀਆਂ ਨੂੰ ਵੀ ਮੇਰੇ ਨਾਲ ਬੰਦਾ ਮਰਦ ਹੈ, ਇਹਨੂੰ ਪਤਾ ਲੱਗੇ। ਕਈ ਮਰਦ ਵਿਚਾਰੇ ਫਸ ਗਏ ਜਿਹੜੇ ਕੈਨੇਡਾ ਕਰਕੇ ਆ ਗਏ, ਉਹ ਵੱਧ ਪੜੇ ਨੇ, ਘਰ ਵਾਲੀਆਂ ਪੜੀਆਂ ਨੀ, ਉਹ ਉਹਨੂੰ ਅਪਗ੍ਰੇਡ ਕਰਦਾ, ਆਹ ਪਾ ਲਾ, ਆਹ ਕਰ ਲਾ, ਇਹ ਕਰ ਲਾ।
ਉਹ ਬੁੱਲ ਤੇਰੀ ਜਾਂਦੀਆਂ ਨੇ। ਉਹ ਸਾਰੀਆਂ ਚੀਜ਼ਾਂ ਪਾਸਟ ਨੇ, ਹੋ ਗਈਆਂ, ਪਰ ਹੁਣ ਜ਼ਿੰਦਗੀ ਤਾਂ ਜਿਵੇਂ ਜਾ ਸਕਦੀ ਹੈ ਨਾ। ਉਹ ਤਾਂ ਜਿਹੜੀ ਚੀਜ਼ ਹੋ ਗਈ, ਬੇਜੋੜ ਹੋ ਗਿਆ, ਇੱਧਰ ਹੋ ਗਿਆ, ਉੱਧਰ ਹੋ ਗਿਆ, ਪਰ ਜੇ ਹੁਣ ਕੋਈ ਇਸਤਰੀ ਦੇ ਨਾਲ ਤੁਹਾਡਾ ਬੰਦਾ ਹੱਸ ਕੇ ਬੋਲਵੇ ਤਾਂ ਇਹ ਮਤਲਬ ਤੁਹਾਡੀ ਇਸਤਰੀ ਖਰਾਬ ਹੋ ਗਈ, ਜਾਂ ਇਸਤਰੀ ਨਾਲ ਕੋਈ ਬੋਲਣ ਲੱਗਿਆ ਗੱਬੇ ਖੜ ਜਾਣਾ ਆ ਕੇ ਵੀ ਮੇਰੇ ਵੱਲ ਝਾਕ। ਇਹ ਗੁਲਾਮੀ ਤੇ ਦਿਮਾਗ ਜਿਹਨਾਂ ਦੇ ਹਿੱਲੇ ਹੋਏ ਨੇ, ਸ਼ੱਕ ਕਿਹਦੇ ਤੇ ਕਰੂ ਜਿਹੜਾ ਆਪ ਚੌਲਾਂ ਦੀ ਬਾਟੀ ਦੇਣ ਜੋਗਾ ਨੇ, ਉਹ ਕਰੋ। ਜਿਹਨੇ ਲਿਆ ਕੇ ਬੋਰੀ ਆਟੇ ਦੀ ਘਰੇ ਸਿੱਟਣੀ ਆ, ਉਹਨੂੰ ਕੀ ਫਿਕਰ ਆ, ਕਹਿੰਦਾ ਅੱਖਾਂ ਕੁੱਖਾਂ ਭਰੀਆਂ ਪਈਆਂ ਨੇ, ਸ਼ੱਕ ਕਾਹਦੀ ਹੈ, ਹਰ ਰੋਟੀਆਂ ਜਿੰਨੀਆਂ ਖਾਂਦੀਆਂ। ਧੰਨਵਾਦ ਜੀ, ਤੇ ਕੱਲ ਨੂੰ ਮਿਲਦੇ ਆ ਰੱਬ ਰਾਖਾ।